गगन में थाल राम चंद्र दीपक भले तारका मंडल जनक मोती वाहेगुरु रूप भले
सगले अपारे अनुपरम दास पर
सहे न जावे। सतगुरु से तनाम रहे।
Thank you.
तली गली मेरी
ਤਰ ਤਰ ਤਲੀ ਦਲੀ ਮੇਰੀ ਆਓ ਤਲੀ ਗਣੀ ਮੇਰੀ ਆਓ ਸਿਰ ਤਰ ਤਲੀ ਗਣੀ ਮੇਰੀ ਆਓ ਪੂਜੇ ਪਾਕ ਸਰਵਰੇ ਕਾਇਨਾਤ ਵਾਲੀ ਕੁੱਲ ਆਲਮ ਦੋ ਜਹਾਨ ਦੇ ਵਾਲੀ ਹਜ਼ੂਰੇ ਅਨਵਰ ਕਰੁਣਾ ਨਿਦਾਨ ਚਵਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸਰਵ ਕਲਾ ਭਰਪੂਰ ਬਾਣੀ ਕੇ ਬੋਹਿਤ ਸ਼ਬਦ ਅਵਤਾਰ ਗੁਰਗੱਦੀ ਪਰ ਬਿਰਾਜਮਾਨ ਕਲਯੁਗੀ ਜੀਵਾਂ ਕੇ ਤਾਰਨ ਹਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਭਾਏ ਮਾਨ ਸਮੂਹ ਸਾਧ ਸੰਗਤ ਜੀ ਅਤਿਅੰਤ ਬੇਅੰਤ ਰਹਿਮਤ ਹੈ ਜੋ ਅੱਜ ਅਸਾਂ ਸਾਰਿਆਂ ਨੂੰ ਧੰਨ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਇਸ ਸਤਸੰਗ ਸਮਾਗਮ ਵਿੱਚ ਸਤਸੰਗਤ ਰੂਪ ਵਿੱਚ ਜੁੜ ਕੇ ਬਹਿਣ ਦਾ ਸੁਭਾਗ ਹਾਸਲ ਹੋ ਰਿਹਾ। ਸਤਿਗੁਰੂ ਮਹਾਰਾਜ ਮਿਹਰਾਮਤ ਕਰਨ ਤੁਸੀਂ ਜਿਤਨੇ ਵੀ ਜੀ ਚੱਲ ਕੇ ਆਏ ਹੋ ਸਭਨਾ ਦਾ ਚੱਲਿਆ ਇੱਕ ਇੱਕ ਕਦਮ ਸਤਿਗੁਰੂ ਮਹਾਰਾਜ ਲੇਖੇ ਵਿੱਚ ਲਾਵਣ ਆਪਣੇ ਦਰੋ ਕਰੋ ਪੁੱਛੀ ਕਿਹੜਾ ਨਾਮ ਬਾਣੀ ਦੀ ਦਾਤ ਕਾਰੋਬਾਰੀ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਦੇ ਕੇ ਨਵਾਜਣ ਬੜੇ ਪਿਆਰ ਨਾਲ ਧੰਨ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਰਸੋਂ ਦੇ ਰੋਜ਼ ਤੋਂ ਸਮੁੱਚੀ ਸੰਗਤ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਨ। ਸਾਰੇ ਸੇਵਾਦਾਰਾਂ ਨੇ ਭਾਵੇਂ ਉਹ ਪਾਠੀ ਸਿੰਘ ਸਨ ਭਾਵੇਂ ਉਹ ਲੰਗਰ ਵਿੱਚ ਸੇਵਾ ਕਰਨ ਵਾਲੇ ਸੇਵਾਦਾਰ ਸਨ ਭਾਵੇਂ ਹੋਰ ਕਈ ਪ੍ਰਕਾਰ ਦੀਆਂ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰ ਸਨ ਸਭਨਾ ਨੇ ਪ੍ਰੇਮ ਸਹਿਤ ਨਿਰੰਤਰ ਤਿੰਨ ਦਿਨ ਸੇਵਾ ਕਮਾਈ। ਸਤਿਗੁਰੂ ਮਹਾਰਾਜ ਸਭਨਾ ਦੀ ਸੇਵਾ ਭਗਤੀ ਲੇਖੇ ਵਿੱਚ ਲਾਵਣ ਆਪਣੇ ਦਰੋ ਕਰੋ ਨਾਮ ਦੀ ਦਾਤ ਦੇ ਕੇ ਸਭਨਾ ਦੀ ਆਸ ਮੁਰਾਦ ਪੂਰੀ ਕਰਨ ਸਮੇਂ ਅਨੁਸਾਰ ਭੋਗ ਪਾਏ ਗਏ ਪਰੰਤ ਬੱਚਿਆਂ ਨੇ ਬਹੁਤ ਹੀ ਪ੍ਰੇਮ ਨਾਲ ਆਰਤੀ ਆਰਤੀ ਦਾ ਕੀਰਤਨ ਉਪਰੰਤ ਗੁਰੂ ਕੀ ਬਾਣੀ ਦੁਆਰਾ ਆਪ ਸੰਗਤ ਦੇ ਨਾਲ ਸਾਂਝ ਪੈਦਾ ਕੀਤੀ। ਭਾਗਾਂ ਵਾਲੇ ਨੇ ਇਹ ਬੱਚੇ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਦੇ ਹਜ਼ੂਰ ਕੀਰਤਨ ਦੀ ਦਾਤ ਨਸੀਬ ਹੋਈ ਹੈ। ਭਾਗਾਂ ਵਾਲੇ ਨੇ ਉਹ ਮਾਤਾ ਪਿਤਾ ਜਿਨ੍ਹਾਂ ਦੇ ਘਰ ਅੰਦਰ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾਇਆ ਧੰਤਾ ਦੇ ਯੋਗ ਹੈ ਉਸਤਾਦ ਜਿਸ ਉਸਤਾਦ ਦੇ ਪਾਸੋਂ ਇਹਨਾਂ ਨੇ ਇਹ ਵਿਦਿਆ ਹਾਸਲ ਕੀਤੀ ਹੈ। ਹਰ ਘਰ ਜੋ ਸਿੱਖੀ ਨੂੰ ਸਮਰਪਿਤ ਹੈ ਕਿਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਜਾਪ ਗੁਰਬਾਣੀ ਦੇ ਕੀਰਤਨ ਗੁਰਬਾਣੀ ਦੀ ਵਿਚਾਰ ਦੇ ਨਾਲ ਜੋੜ ਦੇਵੇ ਤੇ ਸਾਨੂੰ ਕਦੇ ਇਹ ਉਲਾਮਾ ਨਹੀਂ ਦੇਣਾ ਪਵੇਗਾ ਕਿ ਸਾਡੇ ਬੱਚੇ ਆਗਿਆ ਵਿੱਚ ਨਹੀਂ ਬਜ਼ੁਰਗ ਹੋ ਗਏ ਆ ਸਾਡੇ ਬੱਚੇ ਸਾਡੀ ਤਾਬਿਆ ਨਹੀਂ ਸਾਡੇ ਕਹਿਣੇ ਵਿੱਚ ਨਹੀਂ ਕਿਉਂਕਿ ਜਿਹੜਾ ਬੱਚਾ ਗੁਰਬਾਣੀ ਨਾਲ ਜੁੜਿਆ ਉਹ ਮਾਂ ਬਾਪ ਦਾ ਸਦਾ ਸਤਿਕਾਰ ਕਰਦਾ ਕੇਅਰ ਕਰਦਾ ਉਹ ਜਾਣਦਾ ਮਾਂ ਪਿਓ ਭਰਾ ਪੜਾ ਵੇਦ ਭੇਦ ਨਾ ਜਾਣਿਆ ਕਥਾ ਕਹਾਣੀ ਮਾਂ ਪਿਓ ਦਾ ਸਤਿਕਾਰ ਛੱਡ ਕੇ ਪਿਆਰ ਛੱਡ ਕੇ ਉਹਦੀ ਕੇਅਰ ਛੱਡ ਕੇ ਰੱਬ ਨੂੰ ਨਹੀਂ ਪਾਇਆ ਜਾ ਸਕਦਾ। ਸਤਿਗੁਰੂ ਮਹਾਰਾਜ ਕਿਰਪਾ ਕਰਨ ਦਾਸ ਤੇ ਅਰਜੋਈ ਕਰੇਗਾ ਕਿ ਹਰ ਸਿੱਖ ਦੇ ਘਰ ਪੈਦਾ ਹੋਣ ਵਾਲਾ ਹਰ ਬੱਚਾ ਗੁਰਬਾਣੀ ਕਰਕੇ ਸਤਿਗੁਰੂ ਮਹਾਰਾਜ ਨਾਲ ਸਦਾ ਵਾਸਤੇ ਜੁੜ ਜਾਏ ਗੁਰਸਿੱਖੀ ਦਾ ਬਾਗ ਹੋਰ ਪ੍ਰਫੁੱਲਤ ਹੋਵੇ। ਅਸੀਂ ਸਾਰੇ ਹੀ ਜਿੱਥੇ ਅੱਜ ਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਉਹਨਾਂ ਦੇ ਮਾਤਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋਏ ਜੁੜ ਬੈਠੇ ਹਾਂ ਉੱਥੇ ਨਗਰ ਕੀਰਤਨ ਵਿੱਚ ਵੀ ਹਾਜ਼ਰੀ ਲਵਾਉਣੀ ਹੈ ਕਿਉਂਕਿ ਇਹ ਨਗਰ ਕੀਰਤਨ
ਜਾਗਰੂਕਤਾ ਪੈਦਾ ਕਰਨ ਵਾਸਤੇ, ਚੇਤਨਤਾ ਪੈਦਾ ਕਰਨ ਵਾਸਤੇ ਗੁਰਸਿੱਖਾਂ ਵੱਲੋਂ ਉਦਮ ਉਪਰਾਲਾ ਹੈ। ਉਹ ਭਾਵੇਂ ਗੁਰੂ ਮਹਾਰਾਜ ਦੀ ਆਮਦ ਨੂੰ ਲੈ ਕੇ ਅਵਤਾਰ ਦੇ ਸਮੇਂ ਹੋਵੇ, ਭਾਵੇਂ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਹੋਵੇ, ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਹੋਵੇ। ਤੁਸੀਂ ਦੇਖੋ ਦੇਸ਼ ਵਿਦੇਸ਼ ਅੰਦਰ ਜਿੱਥੇ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਦੇ ਅਵਤਾਰ ਦੇ ਸਮੇਂ, ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਵਤਾਰ ਦੇ ਸਮੇਂ, ਵਿਸਾਖੀ ਦੇ ਗੁਰਬ ਤੇ, ਖਾਲਸਾ ਸਾਜਨਾ ਦੇ ਦਿਵਸ ਦੇ ਸਮੇਂ ਨਗਰ ਕੀਰਤਨ ਆਯੋਜਿਤ ਕੀਤੇ ਜਾਂਦੇ ਨੇ, ਉੱਥੇ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਪੁਰਬ ਨੂੰ ਲੈ ਕੇ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਪੁਰਬ ਨੂੰ ਲੈ ਕੇ, ਨਾਲ ਨਾਲ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਨੂੰ ਲੈ ਕੇ ਨਗਰ ਕੀਰਤਨ ਆਯੋਜਿਤ ਕੀਤੇ ਜਾਂਦੇ ਨੇ। ਅਸੀਂ ਤਾਂ ਜੋ ਵੱਧ ਤੋਂ ਵੱਧ ਭਾਵੇਂ ਉਹ ਇੰਡੀਅਨ ਸਮਾਜ ਮੁੱਖੋਂ ਹੱਸ ਕੇ ਫਤਿਹ ਬੁਲਾਏ, ਜਿਹੜਾ ਮੁੱਖੋਂ ਹੱਸ ਕੇ ਫਤਿਹ ਬੁਲਾਏ, ਜਿਹੜਾ ਬੇੜਾ ਸਾਗਰਾ ਤੋਂ ਉਹਦਾ ਪਾਰ ਹੁੰਦਾ, ਫਤਿਹ ਕਿਸਨੇ ਬੁਲਾਉਣੀ ਸੀ ਖਾਲਸਾ ਜੀ, ਫਤਿਹ ਕਿਸਨੇ ਬੁਲਾਉਣੀ ਸੀ ਖਾਲਸਾ ਜੀ, ਚੇਤਨ ਕਲਗੀ ਧਾਰਨਾ ਅਵਤਾਰ ਹੁੰਦਾ ਸਾਰੇ ਪੜ੍ਹ ਪਿਆ ਕਾਦਰਪੁਰ ਅਜੀਬ ਕਹਿੰਦਾ ਜਿਹਦੀ ਰਾਗ ਵਿੱਚ ਫਤਿਹ, ਉਹਦੀ ਜਾਗ ਵਿੱਚ ਫਤਿਹ, ਜਿਹਦੀ ਸੰਗ ਵਿੱਚ ਫਤਿਹ, ਉਹਦੀ ਜੰਗ ਵਿੱਚ ਫਤਿਹ, ਜਿਹੜਾ ਬੁਲਾਵੇ ਹੌਲੀ ਜੀ ਫਤਿਹ, ਉਹ ਬੁਲਾਵੇ ਘੋੜੀ ਜੀ ਫਤਿਹ, ਤੇ ਜਿਹੜਾ ਬੁਲਾਵੇ ਗੱਜ ਕੇ ਫਤਿਹ, ਉਹਦੇ ਕੋਲ ਆਵੇ ਭੱਜ ਕੇ ਫਤਿਹ, ਆਖੋ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਾਂ ਤੁਸਾਂ ਸਾਰਿਆਂ ਨੇ ਰਲ ਮਿਲ ਕੇ ਬਚਨ ਸਾਂਝੇ ਕੀਤੇ, ਜੋ ਤੋ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ। ਪ੍ਰੇਮ ਤੇ ਮੋਹ ਦੋ ਸ਼ਬਦ ਨੇ, ਮੋਹ ਜਿਹੜਾ ਹੈ ਨਾ ਉਹ ਅਵਗੁਣ ਹੈ ਤੇ ਪ੍ਰੇਮ ਗੁਣ ਹੈ। ਮੋਹ ਹਰ ਇੱਕ ਚੀਜ਼ ਤੇ ਆਪਣੀ ਪਕੜ ਬਣਾ ਲੈਣ ਦਾ ਨਾਂ ਹੈ, ਇਹ ਵੀ ਮੇਰੀ ਹੋ ਜੇ, ਇਹ ਵੀ ਮੇਰੀ ਹੋ ਜੇ, ਇਹ ਵੀ ਮੇਰਾ, ਇਹ ਵੀ ਮੇਰਾ, ਇੱਥੇ ਵੀ ਮੇਰਾ ਕਬਜ਼ਾ ਹੋ ਜੇ, ਇੱਥੇ ਵੀ ਮੇਰੀ ਚੌਧਰ ਪੈਦਾ ਹੋ ਜੇ, ਇਹ ਮੋਹ। ਤੇ ਪ੍ਰੇਮ ਕੀ ਹੈ? ਪ੍ਰੇਮ ਆਪਣੇ ਪ੍ਰੇਮੀ ਤੋਂ ਸਭ ਕੁਝ ਨਿਸ਼ਾਵਰ ਕਰ ਦੇਣ ਦਾ ਨਾਂ ਹੈ। ਪ੍ਰੇਮ ਆਪਣੇ ਪ੍ਰੇਮੀ ਤੋਂ, ਇਸ ਲਈ ਗੁਰੂ ਦੇ ਦਰ ਤੇ ਜਦੋਂ ਗੁਰਸਿੱਖ ਆਉਂਦਾ ਹੈ ਨਾ, ਉਹਨੂੰ ਲਾਲਚ ਕੋਈ ਨਹੀਂ ਦਿੰਦਾ ਕਿ ਤੂੰ ਆਪ ਹੀ ਗੁਰੂ ਦੇ ਦਰ ਤੇ ਤੈਨੂੰ ਵਿਸ਼ਤਾ ਮਿਲਣਗੀਆਂ, ਤੈਨੂੰ ਪੱਥਰੋਂ ਪੂਰਾ ਮਿਲਣਗੀਆਂ, ਕੋਈ ਲਾਲਚ ਨਹੀਂ। ਇੱਥੇ ਤੇ ਇਹ ਗੱਲ ਪਹਿਲੋਂ ਕਹੀ ਜਾਂਦੀ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਰ ਸਭਨਾ ਕੀ ਰੇਨਕਾ, ਤੋ ਆਓ ਹਮਾਰਾ ਪਾਸ। ਇਸੇ ਕਰਕੇ ਇੱਥੇ ਪ੍ਰੇਮ ਅੰਦਰ ਕੀ ਕਰਦਾ ਗੁਰਸਿੱਖ ਪਿਆਰਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਤਾਂ ਜਾ ਕੇ ਪ੍ਰਾਪਤੀ ਹੈ ਪਾਈ ਹੈ। ਕਿਉਂਕਿ ਇੱਕ ਦੇ ਬੜੇ ਬੜੇ ਪਿਆਰ ਵਿੱਚ ਇਹ ਗੱਲ ਲੱਗੀ, ਕਹਿੰਦਾ ਮਹੱਤਵ ਮੁਹੱਬਤ ਮੈਂ ਜੇ ਲਾਜ਼ਮ ਹੈ ਜੋ ਕੁਝ ਹੈ ਫਿਦਾ ਕਰ ਦੇ। ਮੁਹੱਬਤ ਅੰਦਰ ਬੜੀ ਜ਼ਰੂਰੀ ਹੈ ਕਿ ਜੋ ਕੁਝ ਤੇਰੇ ਪਾਸ ਹੈ ਨਾ, ਜਿਦਨ ਤੂੰ ਪ੍ਰੇਮ ਕਰਦਾ ਤੂੰ ਪ੍ਰੇਮ ਦੇ ਵਿੱਚ ਪ੍ਰੇਮੀ ਤੇ ਉਹ ਕੁਰਬਾਨ ਕਰ ਦੇ। ਮੁਹੱਬਤ ਮੈਂ ਜੇ ਲਾਜ਼ਮ ਹੈ ਜੋ ਕੁਝ ਹੈ ਫਿਦਾ ਕਰ ਦੇ। ਤੇ ਤਾਕਤ ਕਿੰਨੀ ਹੈ ਪ੍ਰੇਮ ਅੰਦਰ, ਤਾਕਤ ਕਿੰਨੀ ਹੈ ਖਿਆਲ ਕਰਿਆ ਜੇ, ਗੁਰੂ ਨਾਨਕ ਦੇ ਘਰ ਅੰਦਰ ਖੇਡੀ ਪ੍ਰੇਮ ਦੀ ਹੈ। ਇਸ ਲਈ ਆਖਿਆ ਜਾਓ ਤੋ ਪ੍ਰੇਮ ਖੇਲਣ ਘਰ ਜਾਓ, ਸਿਰ ਧਰ ਤਲੀ, ਆਪਣਾ ਸਿਰ ਤਲੀ ਤੇ ਧਰ ਕੇ ਗੁਰੂ ਦੇ ਦਰ ਤੇ ਇਸ ਪ੍ਰੇਮ ਦੀ ਖੇਡ ਨੂੰ ਖੇਡੂ ਆਤੇ, ਇਸ ਮਾਰਗ ਤੇ ਆ। ਸਿਰ ਤਲੀ ਤੇ ਧਰ ਦਾ ਮਤਲਬ ਕਿ ਆ ਸਿਰ ਵਿੱਚ ਵੀ ਮਤ ਗੁਰੂ ਦੇ ਦਰ ਤੇ ਸਮਰਪਿਤ ਕਰ, ਤਾਂ ਜੋ ਮਨ ਦੇ ਤਲ ਤੇ ਜਿਹੜਾ ਵਿਕਾਰਾਂ ਵੱਲੋਂ ਗੁਰੂ ਦੇ ਦਰ ਤੇ ਮੜਕ ਮਰ ਕੇ ਆਇਆ, ਜਦੋਂ ਤਨ ਦੇ ਤਲ ਤੇ ਉਹਨੂੰ ਮਰਨ ਦਾ ਜ਼ਿਕਰ ਜਾਂ ਮਰਨ ਦਾ ਸਮਾਂ ਆਉਂਦਾ, ਉਹ ਘਬਰਾਉਂਦਾ ਨਹੀਂ, ਕਹਿੰਦਾ ਕਬੀਰ ਜਿਸ ਮਰਨੇ ਤੇ ਜਗਦਰਾ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਖਿਆਲ ਕਰਿਆ ਜੀ, ਪਰਮੇਸ਼ਰ ਨਾਲ ਸਾਂਝ ਬਣਾਉਣੀ ਹੈ ਤੇ ਤੁਹਾਨੂੰ ਪ੍ਰੇਮ ਦੀ ਬੋਲੀ ਆਪਣੇ ਜੀਵਨ ਦੇ ਅੰਦਰ ਪੈਦਾ ਕਰਨੀ ਪਵੇਗੀ। ਰੱਬ ਦੀ ਬੋਲੀ ਕੀ ਹੈ? ਰੱਬ ਦੀ ਬੋਲੀ ਖਿਆਲ ਕਰਿਆ ਜੀ, ਕੋਈ ਆਖੇ ਰੱਬ ਦੀ ਬੋਲੀ ਪੰਜਾਬੀ ਹੈ, ਕੋਈ ਆਖੇ ਰੱਬ ਦੀ ਬੋਲੀ ਹਿੰਦੀ ਹੈ, ਕੋਈ ਆਖੇ ਰੱਬ ਦੀ ਬੋਲੀ ਸਪੈਨਿਸ਼ ਹੈ, ਕੋਈ ਆਖੇ ਰੱਬ ਦੀ ਬੋਲੀ ਗ੍ਰੀਕੀ ਹੈ, ਕੋਈ ਆਖੇ ਰੱਬ ਦੀ ਬੋਲੀ ਫ੍ਰੈਂਚ ਹੈ, ਕੋਈ ਆਖੇ ਰੱਬ ਦੀ ਬੋਲੀ ਤਕਾਲੋ ਹੈ, ਕੋਈ ਆਖੇ ਰੱਬ ਦੀ ਬੋਲੀ ਕੁਸ਼ੇਲੀ ਹੈ, ਕੋਈ ਰੱਬ ਦੀ ਬੋਲੀ ਆਖੇ ਕੰਨੜ ਹੈ, ਕੋਈ ਤਮਿਲ ਹੈ। ਨਹੀਂ 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 ਨਹੀਂ, ਜਰਾ ਪੜ੍ਹ ਕੇ ਦੇਖੋ। ਰੋਜ਼ ਅਸੀਂ ਗੁਰੂ ਕੀ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਪੜ੍ਹਦੇ ਹਾਂ, ਕੀ ਆਉਂਦਾ ਬਚਨ? ਸਾਚਾ ਸਾਹਿਬ ਸਾਚ ਨਾਏ, ਕਿ ਉਹ ਮਾਲਕ ਜਿਹੜਾ ਨਾ ਸਦਾ ਸਿਰ ਰਹਿਣ ਵਾਲਾ, ਸਦਾ ਸਿਰ ਰਹਿਣ ਵਾਲਾ ਹੈ। ਆਦ ਸੱਚ ਜਵਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਾਚਾ ਸਾਹਿਬ ਸਾਚ ਨਾਏ, ਨਾਏ ਦਾ ਭਾਵ ਵਡਿਆਈ ਵੀ ਹੈ, ਨਾਏ ਦਾ ਅਰਥ ਨਿਜਮ ਵੀ ਹੈ। ਉਹਦੀ ਵਡਿਆਈ ਵੀ ਸਦਾ ਰਹਿਣ ਵਾਲੀ, ਉਹਦਾ ਨਿਜਮ ਵੀ ਸਦਾ ਵਰਤਣ ਵਾਲਾ ਹੈ।
ਜਿਹੜਾ ਮਾਲਕ ਹੈ ਜੇ ਉਹਨੇ ਸਦਾ ਰਹਿਣਾ ਤਾਂ ਉਹਦਾ ਨਿਯਮ ਸਦਾ ਵਰਤੇਗਾ ਨਾ। ਸਾਚਾ ਸਾਹਿਬ ਸਾਚ ਨਾ ਭਾਖਿਆ, ਭਾਖਿਆ ਦਾ ਮਤਲਬ ਕੀ ਹੈ? ਬੋਲੀ। ਹੁਣ ਰੱਬ ਦੀ ਜਿਹਨੂੰ ਅਪਾਰ ਆਖਿਆ, ਜਿਹਦਾ ਕੋਈ ਪਾਰਾਵਾਰ ਨਹੀਂ, ਉਹਦੀ ਬੋਲੀ ਕਿਹੜੀ ਹੈ? ਅਸੀਂ ਆਖੀ ਤਰੀਕੀ ਉਹਦੀ ਬੋਲੀ ਹੈ, ਉਹਦੀ ਇੰਗਲਿਸ਼ ਬੋਲੀ ਹੈ, ਉਹਦੀ ਫ੍ਰੈਂਚ ਬੋਲੀ ਹੈ, ਫ੍ਰੈਂਚ ਬੋਲੀ ਹੈ, ਉਹਦੀ ਪੰਜਾਬੀ ਬੋਲੀ? ਨਹੀਂ ਨਹੀਂ ਨਹੀਂ, ਲਿਖਿਆ ਰਿਹਾ ਜੀ ਬਾਬਾ ਜੀ ਨੇ ਆਖਿਆ ਉਹਦੀ ਬੋਲੀ ਹੈ ਭਾਉ ਭਾਖਿਆ ਭਾਉ ਅਪਾਰ, ਭਾਉ ਦਾ ਅਰਥ ਹੈ ਪ੍ਰੇਮ, ਉਹਦੀ ਬੋਲੀ ਹੈ ਪ੍ਰੇਮ। ਇਸ ਲਈ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਕਰਦੇ ਨੇ, ਸਾਚ ਕਹੂੰ ਸੁਣ ਲਿਓ ਸਭੈ ਦਿਨ ਪ੍ਰੇਮ ਕੀਓ ਨਹੀਂ ਪ੍ਰਭ ਪਾਇਓ। ਇਸ ਲਈ ਅਦੀਬ ਕਹਿੰਦਾ ਹੈ ਮੁਹੱਬਤ ਮੇਂ ਜੇ ਲਾਜ਼ਮ ਹੈ ਜੋ ਕੁਝ ਫਿਦਾ ਕਰਦੇ, ਮੁਹੱਬਤ ਮੇਂ ਜੇ ਤਾਕਤ ਹੈ, ਕਿੰਨੀ ਤਾਕਤ ਹੈ ਬੰਦੇ ਕੋ ਖੁਦਾ ਕਰਦੇ, ਮੁਹੱਬਤ ਅੰਦਰ, ਪ੍ਰੇਮ ਅੰਦਰ, ਪ੍ਰੀਤ ਅੰਦਰ, ਇੰਨੀ ਤਾਕਤ ਹੈ ਕਿ ਕੋਈ ਆਪਣੇ ਪਿਆਰ ਨਾਲ ਪ੍ਰੇਮ ਕਰੇ ਅਖੀਰ ਪਿਆਰੇ ਦਾ ਰੂਪ ਹੋ ਜਾਂਦਾ ਹੈ। ਭਾਈ ਲਹਿਣਾ ਜੀ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਦੇ ਹਜ਼ੂਰ ਚੱਲ ਕੇ ਆਏ, ਪ੍ਰੇਮ ਕੀਤਾ, ਪ੍ਰੇਮ ਅੰਦਰ ਧੰਨ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਦਾ ਰੂਪ ਹੋ ਗਏ। ਇਸੇ ਲਈ ਅਦੀਬ ਇਹ ਗੱਲ ਕਹਿੰਦਾ ਇਸ਼ਕ ਕੀ ਭੱਠੀ ਮੇਂ ਡਾਲਤਾ ਜਿਸਮ ਕੁੰਦਨ ਕੀਆ, ਇਸ਼ਕ ਕੀ ਭੱਠੀ ਮੇਂ ਡਾਲਤਾ ਜਿਸਮ ਕੁੰਦਨ ਕੀਆ, ਨਜ਼ਰ ਪਰ ਦੇਖਾ ਲਹਿਨੇ ਕੋ ਤੋ ਲਹਿਨੇ ਸੇ ਅੰਗਦ ਕਰ ਦਿਆ, ਕਿਉਂਕਿ ਹਰ ਦਾ ਸੇਵਕ ਸੋਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਸੋ ਭਾਈ ਗੁਰਮੁਖ ਪਿਆਰੋ। ਇੱਕ ਗੱਲ ਹੋਰ ਸਮਝੋ ਚਿਆ ਹੈ ਕਿ ਆ ਸੰਸਾਰ ਦੀ ਪ੍ਰੀਤ ਇੱਕ ਅੰਗੀ ਹੈ, ਮਗਰ ਗੁਰੂ ਨਿਰੰਕਾਰ ਦੀ ਪ੍ਰੀਤ ਦੋ ਅੰਗੀ ਹੈ। ਸੰਸਾਰ ਦੀ ਪ੍ਰੀਤ ਦੀ ਗੱਲ ਕਰੀਏ ਸਵਾਰਥ ਦੇ ਆਧਾਰ ਤੇ, ਹੁਣ ਲੱਗੀਏ ਲੋਕ ਆਪਣੀ ਸਾਂਝ ਰੱਖਦੇ ਨੇ ਤੇ ਜਦੋਂ ਸਵਾਰਥ ਪੂਰਾ ਨਾ ਹੋਵੇ ਉਦੋਂ ਹੀ ਸਾਥ ਛੱਡ ਕੇ ਪਰੇ ਹੋ ਜਾਣਗੇ, ਸਾਥ ਛੱਡ ਕੇ ਪਰੇ ਹੋ ਜਾਣਗੇ। ਗੁਰੂ ਕੀ ਬਾਣੀ ਦੇ ਬਚਨ ਪੜੋ, ਮਨਮੁੱਖਾਂ ਕੇ ਰੇ ਦੋਸਤੀ ਮਾਇਆ ਕਾ ਸੰਬੰਧ, ਸੰਬੰਧ ਵੇਖਦੀਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਧ, ਜਿੱਚਰ ਪਹਿਨਣ ਖਾਵਣੇ ਜਿੱਚਰ ਰੱਖਣ ਗੰਢ, ਜਿੰਨਾ ਚਿਰ ਪਹਿਨਣ ਖਾਣ ਨੂੰ ਬੰਦਾ ਦਿੰਦਾ ਸਵਾਰਥ ਪੂਰਾ ਕਰਦਾ, ਮਤਲਬ ਹੱਲ ਕਰਦਾ, ਉਹਨਾਂ ਚਿਰ ਬੜਾ ਚੰਗਾ ਬੜਾ ਚੰਗਾ ਬੜਾ ਚੰਗਾ ਹੈ। ਗੁਰੂ ਕੀ ਬਾਣੀ ਦੇ ਬਚਨ ਨੇ ਜੋ ਸੰਸਾਰ ਹੈ ਤੇ ਕੁੱਟਾਂ ਤੋਂ ਮਿੱਤਰ ਪਾਈ ਦੀ ਸਮਣ ਮੇਰੇ ਤੇ ਸਭ ਆਪਣਾ ਸਵਾਇ ਮਲਾਸਾ, ਜਿਤ ਦਿਨ ਉਣਕਾ ਸਵਾਓ ਹੋਏ ਨਾ ਆਵੇ, ਜਿਤ ਦਿਨ ਸਵਾਸ ਨਾਣਾ ਪੂਰਾ ਹੋਇਆ ਤਿਤ ਦਿਨ ਨੇੜੇ ਕੋ ਨਾ ਤਰਕਾਸਾ, ਕੋਈ ਨੇੜੇ ਨਹੀਂ ਜੇ ਟੁੱਕਦਾ। ਇਹ ਗੁਰੂ ਕੇਵਲ ਆ ਸੰਸਾਰ ਤੱਕ ਹੀ ਨਹੀਂ ਨਿਰੰਕਾਰ ਦੀ ਦਰਗਾਹ ਤੱਕ ਨਾਲ ਨਿਭਦਾ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨੇ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਇਸੇ ਲਈ ਬਚਨ ਨੇ ਦੋਵੇਂ ਥਾਵ ਰੱਖੇ ਗੁਰ ਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਇੱਥੇ ਬਸ ਨਹੀਂ, ਜਿਸ ਪਾਤਸ਼ਾਹ ਦੇ ਸਮਰਪਿਤ ਹੋ ਕੇ ਅੱਜ ਅਸੀਂ ਬੈਠੇ ਹਾਂ ਨਾ, ਜਰਾ ਉਸ ਪਾਤਸ਼ਾਹ ਦੇ ਜੀਵਨ ਨੂੰ ਵਿਚਾਰ ਕੇ ਦੇਖੀਏ। ਜੇ ਸਿੱਖ ਅੰਮ੍ਰਿਤ ਦੀ ਦਾਤ ਲੈਣ ਵਾਸਤੇ ਆਪਣਾ ਸੀਸ ਭੇਟ ਕਰਦਾ ਹੈ ਤੇ ਉਹਨਾਂ ਸਿੱਖਾਂ ਦੇ ਪਾਸੋਂ ਗੁਰੂ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਮੰਗੀ, ਬਾਪੂ ਜੀ ਅਸਾਂ ਸੀਸ ਦਿੱਤਾ ਇਸ ਦਾਤ ਨੂੰ ਲੈਣ ਵਾਸਤੇ, ਤੁਸੀਂ ਕੀ ਦਿਓਗੇ? ਆਖਿਆ ਭਾਈ ਦਇਆ ਸਿੰਘ ਮੇਰਾ ਵੀ ਸੀਸ ਹਾਜ਼ਰ ਹੈ। ਕਹਿਣ ਲੱਗੇ ਤਰ ਪਾਤਸ਼ਾਹ ਤਾਂ ਗੱਲ ਨੀ ਬਣਦੀ, ਸਿੱਖ ਵੀ ਸਿਰ ਦੇਵੇ ਗੁਰੂ ਵੀ ਸਿਰ ਦੇਵੇ, ਗੱਲ ਤਾਂ ਨਾ ਬਣੀ। ਆਖਿਆ ਜੇ ਮੇਰੇ ਇੱਕ ਸਿਰ ਨਾਲ ਗੱਲ ਨੀ ਬਣਦੀ ਤੇ ਮੈਂ ਆਪਣੇ ਸਾਰੇ ਸਰਬੰਸ ਦਾ ਸੀਸ ਭੇਟ ਕਰਨ ਵਾਸਤੇ ਤਿਆਰ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ,
ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ, ਕਿਸੇ ਆਖਿਆ ਕੌਮਾਂ ਨੂੰ ਕਾਇਮ ਰੱਖਣ ਉੱਤੇ ਦੱਸੋ ਗਿਆਨ ਗਿਆਨੀਆਂ ਦੇ, ਕਿਸੇ ਤਾਕਤ ਤਲਵਾਰ ਨੂੰ ਮੁੱਖ ਦੱਸਿਆ, ਕਿਸੇ ਬਖਸ਼ਪੇ ਦੱਸੇ ਰੂਹਾਨੀਆਂ ਦੇ। ਭਾਵੇਂ ਸਾਰੀਆਂ ਹੀ ਗੱਲਾਂ ਚੰਗੀਆਂ ਨੇ, ਭਾਵੇਂ ਸਾਰੀਆਂ ਹੀ ਗੱਲਾਂ ਚੰਗੀਆਂ ਨੇ, ਚੰਗੇ ਗੁਣ ਨੇ, ਚੰਗੀਆਂ ਨਿਸ਼ਾਨੀਆਂ ਦੇ, ਪਰ ਤੱਕ ਸਿਆਣਿਆ ਕੱਢਿਆ ਇਹ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ। ਅਸੀਂ ਬਚਨ ਪੜ੍ਹਦੇ ਹਾਂ ਕਿ ਸਦਾ ਜਿਉਂਦੀਆਂ ਕੌਮਾਂ ਕੋਈ ਜਗ ਅੰਦਰ, ਜਿਹਨਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜੇ, ਸਦਾ ਜਿਉਂਦੀਆਂ ਕੌਮਾਂ ਉਹ ਜਗ ਅੰਦਰ ਜਿਹਨਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜੇ, ਮੁੱਲ ਪੈਂਦਾ ਸਦਾ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ। ਇਸ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕੁਰਬਾਨੀ ਨੂੰ ਦੇਖੀਏ, ਸਾਰਾ ਸਰਬੰਸ਼ ਕੁਰਬਾਨ ਕਰਦੇ ਨੇ। ਬੱਚੇ ਆਖਿਆ ਕਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਦੇਸ਼ ਤੋਂ ਆ ਰਿਹਾ, ਮੈਂ ਚਾਰ ਪੁੱਤ ਸਨ ਬਖਸ਼ੇ ਪਰਮਾਤਮਾ ਨੇ, ਚਾਰ ਪੁੱਤ ਸਨ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ। ਅਰਦਾਸ ਨੇ ਵੀਰਵਾਰ ਦੇ ਦੀਵਾਨ ਅੰਦਰ ਇੱਥੋਂ ਤੱਕ ਗੱਲ ਆਪ ਜੀ ਤਰ੍ਹਾਂ ਸਾਂਝੀ ਕੀਤੀ ਸੀ ਕਿ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਲੋਕ ਜਿਹੜੇ ਇਹ ਗੱਲ ਕਹਿੰਦੇ ਨੰਗੀ ਕਰ ਕਦੇ ਨੀ ਪਕੜੀ, ਕੰਮ ਹਮਾਰਾ ਤੋਰਨ ਤਕੜੀ ਚਿੜੀ ਕੁੜੀ ਤੋਂ ਹੰਬਰ ਜਾਏ, ਸ਼ੀ ਦਿਖੇ ਤੋਂ ਹੰਬਰ ਜਾਏ, ਕਿ ਅਸੀਂ ਤੇ ਹੱਥ ਵਿੱਚ ਨੰਗੀ ਕਦਰੀ ਫੜ ਕੇ ਦੇਖੀ। ਹੇ ਬਾਪੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੁਸੀਂ ਔਰੰਗਜ਼ੇਬ ਰੂਪੀ ਬਾਬਾ ਸ਼ੇਰ ਦੇ ਸਾਹਮਣੇ ਸਾਨੂੰ ਖੜਾ ਕਰਨਾ ਚਾਹੁੰਦੇ ਹੋ, ਤੇ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੱਚੇ ਆਖੇ ਸਨ, ਜਾ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭੇਕ ਦਾਈ, ਇਹੀ ਕੋ ਸਰਦਾਰ ਬਣਾਓ, ਭੇਟੋ ਕੇ ਸੰਗ ਭੇਡ ਬਣਾਓ, ਰਾਠੋ ਕੇ ਸੰਗ ਰੰਗ ਲੜਾਓ, ਚਿੜੀਓ ਸੇ ਮੈਂ ਬਾਜ ਤੜਾਓ, ਸਵਾ ਲਾਖ ਏਕ ਲੜਾਓ, ਤਬੈ ਗੋਬਿੰਦ ਸਿੰਘ ਨਾਮ ਕਹਾਓ, ਤੇ ਸੱਚਮੁੱਚ ਗੁਰੂ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦੇ ਕੇ ਆ ਤਸੀਰ ਪੈਦਾ ਕੀਤੀ ਕਿ ਜਿਹਨਾਂ ਦਾ ਹਿਰਦਾ ਚਿੜੀਆਂ ਜਿੰਨਾ ਸੀ ਉਹਨਾਂ ਨੂੰ ਬਾਜਾਂ ਦੇ ਨਾਲ ਲੜਨ ਦੇ ਵਾਸਤੇ ਖੜਾ ਕਰਕੇ ਰੱਖ ਦਿੱਤਾ, ਕਿਉਂਕਿ ਪੰਚੋ ਤਿਆਰ ਕਰਕੇ ਪੰਚੋ ਦੀ ਸੇਹ ਕੀ ਨੇ, ਪੰਚੋ ਪੜ੍ਹੀ ਦੀ ਬਾਣੀ, ਪੰਚੋ ਦੀ ਇੱਕ ਕਾਰਾ ਆਪੇ ਹਿਆਤ ਇਸਕਾ ਮਤਲਾਸੀ ਦਾ ਸਿਕੰਦਰ ਇਮਤਿਹਾਨ ਉਤਰੇ ਤਨਖਾਹ ਕਲ ਪਲਾਰਾ, ਤੇ ਜਿਹੜੀ ਅੰਮ੍ਰਿਤ ਦੀ ਦਾਤ ਅੰਦਰ ਤਸੀਰ ਪੈਦਾ ਕੀਤੀ, ਤਸੀਰ ਇਸ ਦੁਆ ਕੀ ਅਕਸ਼ੀਰੇ ਐਸੀ ਆਈ, ਤਸੀਰ ਇਸ ਦੁਆ ਕੀ ਅਕਸ਼ੀਰੇ ਐਸੀ ਆਈ, ਮਰਦੋਂ ਨੇ ਜਾਣੇ ਆਈ, ਚਿੜੀਓ ਨੇ ਬਾਜ ਮਾਰਾ, ਤੇ ਧੰਨ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਿਆਲ ਕਰਿਆ ਜੀ, ਮਜ਼ਲੂਮਾਂ ਦੀ ਖਾਤਰ ਧਰਮ ਦੀ ਖਾਤਰ ਇੱਕ ਦੋੜੀ 14 ਜੰਗਾਂ ਲੜਦੇ ਨੇ, 14 ਜੰਗਾਂ ਦੇ ਵਿੱਚੋਂ ਖਾਲਸੇ ਦੀ ਸਾਜਨਾ ਤੋਂ ਪਹਿਲਾਂ 3 ਜੰਗਾਂ ਹੋਈਆਂ ਤੇ ਖਾਲਸੇ ਦੀ ਸਾਜਨਾ ਤੋਂ ਬਾਅਦ 11 ਜੰਗਾਂ ਹੋਈਆਂ। 10 ਨੇ ਪਿਛਲੇ ਦਿਨੀ ਜ਼ਿਕਰ ਕੀਤਾ ਸੀ ਕਿ ਆ ਸੰਸਾਰ ਅੰਦਰ ਆਮ ਤੌਰ ਤੇ ਜੰਗ ਦੇ ਕਾਰਨ 3 ਹੁੰਦੇ ਨੇ, ਜ਼ਾਰ ਜ਼ੋਰੂ ਜ਼ਮੀਨ, ਜਰ ਕਈ ਦੌਲਤ ਦੀ ਖਾਤਰ ਜੰਗ ਹੁੰਦੀ ਹੈ, ਜੰਗ ਇਸਤਰੀ ਦੀ ਖਾਤਰ ਜੰਗ ਹੁੰਦੀ ਹੈ, ਜਾਂ ਜਾਇਦਾਦ ਦੀ ਖਾਤਰ ਜੰਗ ਹੁੰਦੀ ਹੈ, ਮਗਰ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਪੜ੍ਹ ਕੇ ਦੇਖੋ, ਵਿਚਾਰ ਕੇ ਦੇਖੋ, 14 ਜੰਗਾਂ ਲੜੀਆਂ, ਨਾ ਗੁਰੂ ਮਹਾਰਾਜ ਨੇ ਦੌਲਤ ਦੀ ਖਾਤਰ ਜੰਗ ਲੜੀ, ਨਾ ਆਪਣੇ ਕਿਸੇ ਇਸਤਰੀ ਦੀ ਖਾਤਰ ਜੰਗ ਲੜੀ, ਜੇ ਇਸਤਰੀ ਦੀ ਖਾਤਰ ਲੜਨੀ ਪਈ ਤੇ ਦੂਜੇ ਦੀ ਇਸਤਰੀ ਨੂੰ ਛੁਡਾਉਣ ਖਾਤਰ ਜ਼ਾਲਮ ਦੇ ਪਾਸੋਂ ਬਾਬਾ ਅਜੀਤ ਸਿੰਘ ਦੀ ਜੰਗ ਲੜ ਕੇ ਉਸ ਇਸਤਰੀ ਨੂੰ ਉਸ ਮਨੁੱਖ ਦੇ ਹਵਾਲੇ, ਜੇ ਜੰਗ ਲੜੀ ਤੇ ਧਰਮ ਦੀ ਖਾਤਰ, ਮਜ਼ਲੂਮਾਂ ਦੀ ਖਾਤਰ, ਮਨੁੱਖਤਾ ਦੀ ਖਾਤਰ, ਮਾਨਵਤਾ ਦੀ ਖਾਤਰ, ਕਿਉਂਕਿ ਗੁਰੂ ਮਹਾਰਾਜ ਨੇ ਸਪਸ਼ਟ ਕੀਤਾ ਆ ਸੰਸਾਰ ਅੰਦਰ ਮੇਰੇ ਆਉਣ ਦਾ ਕਾਰਨ ਕੀ ਹੈ, ਧਰਮ ਚਲਾਵਾ ਸਭ ਤੋਂ ਬਾਹਰ ਦੁਸ਼ਟ ਸਭਣ ਕੋ ਮੂਲ ਉਪਾਰ, ਮੈਂ ਧਰਮ ਨੂੰ ਚਲਾਉਣ ਵਾਸਤੇ ਸਾਧੂ ਜਣਾਂ ਦੀ, ਰੱਬ ਦੇ ਪਿਆਰਿਆਂ ਦੀ, ਗੁਰੂ ਮਹਾਰਾਜ ਨੇ ਖਾਲਸੇ ਦੀ ਸਾਜਨਾ ਤੋਂ ਬਾਅਦ 11 ਜੰਗਾਂ ਲੜੀਆਂ, 11 ਜੰਗਾਂ ਵਿੱਚੋਂ 6 ਜੰਗਾਂ ਦਾ ਮੈਦਾਨ ਅਨੰਦਪੁਰ ਸਾਹਿਬ ਦੀ ਧਰਤੀ ਹੈ, ਮਗਰ 5 ਜੰਗਾਂ ਦਾ ਮੈਦਾਨ ਅਨੰਦਪੁਰ ਸਾਹਿਬ ਤੋਂ ਬਾਹਰ ਨਰਮੋਗੜ, ਨਰਮੋਗੜ ਦੀ ਜੰਗ ਹੋਈ, ਵਸਾਲੀ ਦੀ ਜੰਗ ਹੋਈ, ਸਰਸਾ ਦੇ ਕਿਨਾਰੇ ਟੀਟਾ ਜੰਗ ਹੋਇਆ, 4 ਜੰਗ ਜਿਹੜਾ ਹੈ ਉਹ ਚਮਕੌਰ ਦਾ ਜੰਗ ਹੈ, 5ਵਾਂ ਖਦਰਾਣੀ ਦੀ ਧਾਪ ਤੇ ਮੁਕਤਸਰ ਸਾਹਿਬ ਦਾ ਜੰਗ ਹੈ, 5 ਜੰਗਾਂ ਦਾ ਮੈਦਾਨ ਅਨੰਦਪੁਰ ਸਾਹਿਬ ਤੋਂ ਬਾਹਰ ਦਾ ਹੈ। ਤੇ ਦਾਸ ਨੇ ਇੱਥੇ ਤੱਕ ਆਪ ਜੀ ਦੇ ਨਾਲ ਪਹੁੰਚਣਾ ਕੀਤਾ ਸੀ ਵੀਰਵਾਰ ਸ਼ਾਮ ਦੇ ਦੀਵਾਨ ਅੰਦਰ ਕਿ ਆਹ ਜਿਹੜੇ ਆਖਰੀ ਅਨੰਦਪੁਰ ਸਾਹਿਬ ਦੀ ਜੰਗ ਅੰਦਰ ਘੇਰਾ ਪਾਉਣ ਵਾਲੇ ਨੇ ਉਹ ਮੁਗਲ ਫੌਜਾਂ ਨੇ, ਪਹਾੜੀ ਫੌਜਾਂ ਨੇ। 22 ਧਾਰ ਦਾ ਮਤਲਬ ਹੈ ਕਿ ਪਹਾੜ ਦੇ ਅੰਦਰ ਜਿਹੜੇ ਇਹ 22 ਰਿਆਸਤਾਂ ਬਣਾ ਕੇ ਰਾਜੇ ਬੈਠੇ ਨੇ ਛੋਟੀਆਂ ਛੋਟੀਆਂ, ਉਹ 22 ਰਿਆਸਤਾਂ ਦੇ ਰਾਜੇ ਆਪਣੀਆਂ ਫੌਜਾਂ ਮੁਗਲ ਫੌਜਾਂ ਦੇ ਨਾਲ ਤੋਰਦੇ ਨੇ ਕਿ ਗੁਰੂ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਜਾਵੇ ਜਾਂ ਖਤਮ ਕੀਤਾ ਜਾਵੇ, ਤਾਂ ਜੋ ਇਸ 22 ਧਾਰ ਦੇ ਵਿੱਚੋਂ ਗੁਰੂ ਮਹਾਰਾਜ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇ। ਪਰ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਪਹੁੰਚ ਕਰਨੇ ਕੋ ਸੁਖਾਲੀ ਨਹੀਂ ਸੀ, ਇਹਨਾਂ ਲੋਕਾਂ ਦੇ ਨਾਲ ਕੇਵਲ ਇਹ 22 ਧਾਰ ਦੀਆਂ ਫੌਜਾਂ ਜਾਂ ਮੁਗਲ ਫੌਜਾਂ ਨਹੀਂ ਰਹੀਆਂ,
ਨਾ ਰੰਗੜ ਵੀ ਕਰ ਗਏ, ਨਾ ਗੁਜਰ ਵੀ ਕਰ ਗਏ ਲੁੱਟ ਬਚਾਉਣ ਵਾਸਤੇ, ਮਗਰ ਜਿਹੜਾ ਲੋਕਾਂ ਨੇ ਸੋਚਿਆ ਸੀ ਅਨੰਦਪੁਰ ਸਾਹਿਬ ਦੇ ਅੰਦਰ ਅਸੀਂ ਜਾ ਕੇ ਗੁਰੂ ਮਹਾਰਾਜ ਨੂੰ ਮਾਰ ਲਵਾਂਗੇ, ਗ੍ਰਿਫਤਾਰ ਕਰ ਲਾਂਗੇ, ਅਸੀਂ ਜਾ ਕੇ ਲੁੱਟ ਮਚਾ ਲਾਂਗੇ, ਮਗਰ ਗੁਰੂ ਮਹਾਰਾਜ ਨੇ ਏਦਾਂ ਦੀ ਮੋਰਚਾਬੰਦੀ ਕੀਤੀ, ਏਦਾਂ ਦੀ ਮੋਰਚਾਬੰਦੀ ਕਿ ਇਹ ਲੋਕ ਜਿਹੜੇ ਚਾਹੁੰਦੇ ਸਨ ਕਿ ਅਸੀਂ ਅਨੰਦਪੁਰ ਸਾਹਿਬ ਵਿੱਚ ਇੰਟਰ ਹੋ ਜਾਵਾਂਗੇ, ਜਿਵੇਂ ਯਾਦ ਕਰਿਆ ਜੀ 84 ਵੇਲੇ ਹਿੰਦੁਸਤਾਨ ਦੀ ਮਲਿਕਾ ਇੰਦਰਾ ਗਾਂਧੀ ਦੇ ਹੁਕਮ ਦੇ ਨਾਲ ਸੈਨਾ ਚੜ ਕੇ ਆਈ, ਉਹਨੇ ਸੋਚਿਆ ਸੀ 2 ਘੰਟੇ ਦੇ ਅੰਦਰ, ਕੁਲਦੀਪ ਰਾਣਾ ਨੇ ਆਪਣੀ ਕਿਤਾਬ 'ਚ ਲਿਖਿਆ ਕਿ ਸੋਚ ਕੇ ਆਏ ਸੀ 2 ਘੰਟਿਆਂ ਦੇ ਅੰਦਰ ਅਸੀਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਅੰਦਰ ਕਬਜ਼ਾ ਜਮਾ ਲਾਂਗੇ। 2 ਘੰਟੇ ਕੀ 2 ਦਿਨ ਉਹਨਾਂ ਨੂੰ ਅੰਦਰ ਆਉਣ ਵਾਸਤੇ ਲੱਗੇ, 2 ਦਿਨ ਖਿਆਲ ਕਰਿਆ ਜੀ। ਏਦਾਂ ਹੀ ਇਹ ਲੋਕ ਚੱਲ ਕੇ ਆਏ ਸਨ ਕਿ ਅਸੀਂ ਗੁਰੂ ਮਹਾਰਾਜ ਦੇ ਪਾਸ ਇੰਟਰ ਕਰ ਲਾਂਗੇ, ਅਨੰਦਪੁਰ ਸਾਹਿਬ ਦੇ ਅੰਦਰ ਗੁਰੂ ਮਹਾਰਾਜ ਨੂੰ ਗ੍ਰਿਫਤਾਰ ਕਰ ਲਾਂਗੇ, ਮਗਰ ਏਦਾਂ ਦੀ ਮੋਰਚਾਬੰਦੀ ਗੁਰੂ ਮਹਾਰਾਜ ਨੇ ਕੀਤੀ ਕਿ ਜਿਹੜਾ ਅਨੰਦਪੁਰ ਸਾਹਿਬ ਦੇ ਨੇੜੇ ਆਉਂਦਾ ਲੋਥ ਬਣ ਕੇ ਵਿੱਚ ਜਾਂਦਾ। ਜਦੋਂ ਲੋਥਾਂ ਵਿਛਦੀਆਂ ਦੇਖੀਆਂ ਤੇ ਇਹਨਾਂ ਲੋਕਾਂ ਨੇ ਘੇਰਾ ਪਾ ਕੇ ਬਹਿਣਾ ਕੀਤਾ ਕਿ ਘੇਰਾ ਪਾ ਕੇ ਬਹਿ ਲਓ, ਅਖੀਰ ਕਿੰਨੇ ਕੁ ਦਿਨ ਗੁਰੂ ਮਹਾਰਾਜ ਅੰਦਰ ਰਹਿਣਗੇ, ਅੰਦਰ ਖਾਣਾ ਦਾਣਾ ਮੁੱਕ ਜਾਏਗਾ, ਆਪੇ ਬਾਹਰ ਨਿਕਲ ਗਏ, ਜਦੋਂ ਬਾਹਰ ਨਿਕਲ ਗਏ ਹੱਲਾ ਬੋਲਾਂਗੇ, ਅਸੀਂ ਗੁਰੂ ਮਹਾਰਾਜ ਨੂੰ ਮਾਰ ਲਾਂਗੇ। ਮਗਰ ਇਹਨਾਂ ਲੋਕਾਂ ਦੇ ਖਿਆਲ ਗਲਤ ਨਿਕਲੇ, ਕਿਉਂਕਿ ਗਰਮੀਆਂ ਵੀ ਸਿਰ ਤੇ ਬੀਤ ਗਈਆਂ, ਫਿਰ ਬਾਰਿਸ਼ਾਂ ਆਈਆਂ ਉਹ ਵੀ ਸਿਰ ਤੇ ਬੀਤ ਗਈਆਂ, ਸਰਦੀ ਆ ਗਈ ਤੇ ਪਹਾੜੀ ਰਾਜੇ ਵੀ ਚਾਹੁੰਦੇ ਨੇ, ਕਿਉਂਕਿ ਪਹਾੜੀ ਰਾਜਾ ਦੀ ਪਰਜਾ ਬੜੀ ਤੰਗ ਹੈ, ਹੁਣ ਉੱਪਰ ਜ਼ੁਲਮ ਹੋ ਰਿਹਾ ਮੁਗਲਾਂ ਵੱਲੋਂ, ਉਹ ਵੀ ਚਾਹੁੰਦੇ ਨੇ ਕਿ ਕਿਸੇ ਨਾ ਕਿਸੇ ਘੜੀ ਕੇ ਜੰਗ ਖਤਮ ਹੋ ਜਾਏ ਤੇ ਮੁਗਲ ਫੌਜਾਂ ਕਿੱਥੋਂ ਚਲੀਆਂ ਜਾਣ, ਤੇ ਮੁਗਲ ਫੌਜਾਂ ਦੇ ਸਿਪਾਹੀ ਵੀ ਚਾਹੁੰਦੇ ਨੇ ਬੜਾ ਸਮਾਂ ਹੋ ਗਿਆ ਇੱਥੇ ਬੈਠਿਆਂ ਨੂੰ, ਸਾਨੂੰ ਇਹ ਜੰਗ ਖਤਮ ਕਰਕੇ ਘਰਾਂ ਨੂੰ ਜਾਣਾ ਚਾਹੀਦਾ ਹੈ। ਇਹਨਾਂ ਲੋਕਾਂ ਨੇ ਚਾਲ ਚੱਲੀ, ਪਹਿਲਾਂ ਚਾਲ ਕੇ ਚੱਲੀ ਕਿ ਇੱਕ ਸੱਜਣ ਤੇ ਇੱਕ ਪੰਡਿਤ ਭੇਜਿਆ ਗੁਰੂ ਮਹਾਰਾਜ ਹਜ਼ੂਰ ਕਿ ਗੁਰੂ ਮਹਾਰਾਜ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ, ਅਸੀਂ ਕੁਰਾਨ ਦੀ ਕਸਮ ਖਾਂਦੇ ਆ, ਵਜ਼ੀਰ ਖਾਂ ਵਰਗਿਆਂ ਨੇ ਇਹ ਖਵਾ ਕੇ ਭੇਜੇ ਆ, ਤੇ ਅਜਮੇਰ ਚੰਦ ਵਰਗਿਆਂ ਨੇ ਖਵਾ ਕੇ ਭੇਜਿਆ, ਪੰਡਿਤ ਨੂੰ ਜਾ ਕੇ ਆਖੀ ਅਸੀਂ ਸ਼੍ਰੀਮਦ ਭਾਗਵਤ ਦੀ ਸੁਗੰਧ ਖਾਂਦੇ ਆ, ਇੱਕ ਵਾਰ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ। ਗੁਰੂ ਮਹਾਰਾਜ ਦੇ ਹਜ਼ੂਰ ਸਿੱਖਾਂ ਨੇ ਆਖਿਆ ਕਿ ਦਰ ਪਾਤਸ਼ਾਹ ਅੰਦਰ ਦੀ ਹਾਲਤ ਬੜੀ ਪਤਲੀ ਹੈ, ਖਸਤਾ ਹੈ, ਕਿਉਂਕਿ ਖਾਣੇ ਦਾਣੇ ਵਾਸਤੇ ਇਹਨਾਂ ਦੇ ਰਾਸ਼ਨ ਭੰਡਾਰਾਂ ਉੱਪਰ ਜਾ ਕੇ ਹਮਲਾ ਕਰਕੇ ਰਾਸ਼ਨ ਇਹਨਾਂ ਦੇ ਪਾਸ ਲੁੱਟ ਕੇ ਲੈ ਕੇ ਆਉਣਾ ਪੈਂਦਾ ਹੈ, ਇਸੇ ਦੁੱਖ ਕਰਕੇ, ਭੁੱਖ ਦੇ ਦੁੱਖ ਕਰਕੇ ਪ੍ਰਸਾਦੀ ਹਾਥੀ ਚਲਾਉਣਾ ਕਰ ਗਿਆ, ਦਲ ਭੰਡਾਰ ਘੋੜਾ ਚਲਾਉਣਾ ਕਰ ਗਿਆ, ਤੇ ਸਾਨੂੰ ਇਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ। ਗੁਰੂ ਮਹਾਰਾਜ ਨੇ ਆਖਿਆ ਇਹਨਾਂ ਦੀ ਚਾਲ ਏ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਵੀਰ ਪਛਾਣ ਅੰਦਰ ਜਾਮੀ ਸਤਿਗੁਰੂ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅੰਦਰ ਦੀ ਸਭ ਜਾਣਦੇ ਨੇ। ਉਹ ਆਖਿਆ ਇਹਨਾਂ ਦੀ ਚਾਲ ਵਿੱਚ ਅਸਾਂ ਨਹੀਂ ਆਉਣਾ, ਇਹਨਾਂ ਦੀ ਚਾਲ ਹੈ ਸਾਨੂੰ ਅਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਕੱਢਣ ਦੀ। ਉਹ ਜਿਹੜੇ ਏਲਜੀ ਆਏ ਸਨ ਵਾਪਸ ਭੇਜ ਦਿੱਤਾ, ਗੁਰੂ ਮਹਾਰਾਜ ਨੂੰ ਪੁੱਛਿਆ ਮਹਾਰਾਜ ਚਾਲ ਕਿਵੇਂ, ਕਹਿਣ ਲੱਗੇ ਆਓ ਮੈਂ ਤੁਹਾਨੂੰ ਚਾਲ ਇਹਨਾਂ ਦੀ ਦਿਖਾਵਾਂ। ਗੁਰੂ ਮਹਾਰਾਜ ਅਨੰਦਗੜ੍ਹ ਸਾਹਿਬ ਦੇ ਕਿਲੇ ਦੇ ਉੱਪਰ ਉੱਚੇ ਥਾਂ ਤੇ ਸਿੰਘਾਂ ਨੂੰ ਲੈ ਕੇ ਖੜ ਕੇ ਕੁਝ ਸਿੰਘਾਂ ਨੂੰ ਆਖਿਆ ਕਿ ਗੱਡੇ ਲਓ, ਖੱਚਰਾਂ ਲਓ, ਖੱਚਰਾਂ ਦੀਆਂ ਖੁਰਜੀਆਂ ਵਿੱਚ ਛੁੱਟੇ ਹੋਏ ਛਿੱਤਰ ਪਾਓ, ਉੱਪਰ ਕੀਮਤੀ ਦੁਛਾਲੇ ਦਿਓ, ਗੱਡਿਆਂ ਦੇ ਉੱਪਰ ਜਿਹੜੇ ਮਰੇ ਹੋਏ ਪਸ਼ੂ ਨੇ ਉਹਨਾਂ ਪਸ਼ੂਆਂ ਦੇ ਹੱਡ ਰੱਖੋ, ਜਿਹੜਾ ਅਨੰਦਪੁਰ ਸਾਹਿਬ ਦਾ ਕੂੜ ਕਬਾੜ ਹੈ ਗੱਡਿਆਂ ਉੱਪਰ ਭਰ ਦਿੱਤਾ ਜਾਵੇ ਤੇ ਉਹਦੇ ਉੱਪਰ ਕੀਮਤੀ ਦੁਛਾਲੇ ਦਿੱਤੇ ਜਾਣ। ਤੇ ਜਦੋਂ ਇਹ ਬਾਹਰ ਨਿਕਲ ਗਏ ਨਾ, ਇਹਨਾਂ ਲੋਕਾਂ ਨੇ ਹੱਲਾ ਬੋਲਣਾ ਗੁਰੂ ਕੇ ਸਿੱਖਾਂ ਨੂੰ, ਗੁਰੂ ਮਹਾਰਾਜ ਨੇ ਹਦਾਇਤ ਕੀਤੀ ਸੀ ਕਿ ਗੱਡਿਆਂ ਦੇ ਲਾਲਚ ਅੰਦਰ ਨਹੀਂ ਪੈਣਾ, ਜਦੋਂ ਹੱਲਾ ਬੋਲਣ ਤੁਸੀਂ ਵਾਪਸ ਅਨੰਦਪੁਰ ਸਾਹਿਬ ਦੇ ਅੰਦਰ ਸ਼ਰਨ ਲੈਣੀ ਹੈ। ਤੇ ਜਿਸ ਵੇਲੇ ਗੱਡੇ ਬਾਹਰ ਕੱਢੇ ਨਾ ਅਨੰਦਪੁਰ ਸਾਹਿਬ ਤੋਂ, ਤੇ ਖਿਆਲ ਕਰਿਆ ਕਿ ਗੁਰੂ ਮਹਾਰਾਜ ਅਨੰਦਗੜ੍ਹ ਦੇ ਉੱਚੇ ਕਿਲੇ ਤੇ ਸਿੰਘਾਂ ਦੇ ਨਾਲ ਖੜੇ ਗੁਰੂ ਮਹਾਰਾਜ ਇਹਨਾਂ ਦੀ ਚਾਲ ਪ੍ਰਗਟ ਕਰ ਰਹੇ ਨੇ। ਦੇਖਿਆ ਕਿ ਅਜੇ ਥੋੜੀ ਦੂਰ ਹੀ ਗੱਡੇ ਗਏ, ਵਜ਼ੀਰ ਖਾਂ ਤੇ ਅਜਮੇਰ ਚੰਦ ਵਰਗਿਆਂ ਨੇ ਆਖਿਆ ਦੇਖੋ ਗੁਰੂ ਮਹਾਰਾਜ ਦਾ ਕੀਮਤੀ ਮਾਲ ਸੁਭਾਅ ਬਾਹਰ ਜਾ ਰਿਹਾ, ਜੇ ਕਿਤੇ ਦੂਰ ਨਾ ਚਲਾ ਜਾਵੇ, ਕਬਜ਼ਾ ਜਮਾਓ, ਇਹਨਾਂ ਉੱਪਰ ਧਾਵਾ ਬੋਲੋ, ਗੱਡੇ ਆਪਣੇ ਹੱਕ ਵਿੱਚ ਕਰ ਲਓ। ਤੇ ਇਹਨਾਂ ਲੋਕਾਂ ਨੇ ਇੱਕਦਮ ਸਾਰੀਆਂ ਕਸਮਾਂ ਸੁਗੰਧਾਂ ਭੁੱਲ ਕੇ ਹਮਲਾ ਕੀਤਾ ਤੇ ਗੱਡੇ ਜਿਹੜੇ ਸਨ ਆਪਣੇ ਅੰਦਰ ਜਾ ਕੇ ਟਿਕਾਣਾ ਕੀਤਾ। ਇਹ ਗੱਡੇ ਹੱਕ ਕੇ ਵਜ਼ੀਰ ਖਾਂ ਦੇ ਪਾਸ ਲੈ ਕੇ ਆਏ, ਜਦੋਂ ਵਜ਼ੀਰ ਖਾਂ ਦੇ ਪਾਸ ਲੈ ਕੇ ਆਏ ਆਖਿਆ ਲਾਖਾਂ ਪਰੋ ਕੀਮਤੀ ਦੁਛਾਲੇ ਵਿੱਚ ਦੇਖੋ ਕਿਹੜੇ ਕਿਹੜਾ ਕੀਮਤ ਪਹੁੰਚੇ, ਕਰਤਾਰ ਪਾਤਸ਼ਾਹ ਪਿੱਛੇ ਜੋ ਹੋਇਆ ਉਹ ਸਾਡੀ ਗਲਤੀ ਮਾਫ ਕੀਤੀ ਜਾਵੇ, ਤੁਸੀਂ ਕਿਰਪਾ ਕਰੋ ਇੱਕ ਵਾਰ ਅਨੰਦਪੁਰ ਸਾਹਿਬ ਛੱਡ ਦਿਓ, ਮੁੜ ਕੇ ਫਿਰ ਭਾਵੇਂ ਅਨੰਦਪੁਰ ਸਾਹਿਬ ਤੇ ਆ ਜਾਣਾ, ਇੱਕ ਵਾਰ ਅਨੰਦਪੁਰ ਸਾਹਿਬ ਛੱਡ ਦਿਓ, ਕਿਉਂਕਿ ਸਾਡੀ ਰਹਿਣ ਨਹੀਂ ਆਉਂਦੀ, ਕਿੰਨਾ ਸਮਾਂ ਹੋ ਗਿਆ ਘੇਰਾ ਪਾ ਕੇ ਬੈਠਿਆਂ ਨੂੰ। ਤੇ ਇਸ ਵੇਲੇ ਗੁਰੂ ਕੇ ਸਿੱਖ ਵੀ ਗੁਰੂ ਕੇ ਹਜ਼ੂਰ ਦੇ ਤਰ੍ਹਾਂ ਕਰਤਾਰ ਪਾਤਸ਼ਾਹ ਅੰਦਰ ਦੀ ਹਾਲਤ ਬਹੁਤ ਕਰਦਾ ਹੈ, ਖਾਣੇ ਦਾਣੇ ਪੀਣਾ ਬੜੇ ਔਖੇ ਆ, ਭਾਵੇਂ ਗੁਰੂ ਮਹਾਰਾਜ ਨੇ ਬਚਨ ਕੀਤਾ ਭਲਿਓ ਜਿੱਥੇ ਇੰਨੇ ਦਿਨ ਕੱਢੇ ਨੇ ਕੋਈ ਦਿਨ ਹੋਰ ਕੱਢੋ, ਤੁਹਾਨੂੰ ਖਾਣ ਪੀਣ ਨੂੰ ਪਦਾਰਥ ਵੀ ਮਿਲਣਗੇ, ਪਾਤਸ਼ਾਹੀਆਂ ਭੋਗੋਗੇ, ਮਗਰ ਗੁਰਸਿੱਖਾਂ ਨੇ ਤਰਲਾ ਲਿਆ ਕਰਤਾਰ ਪਾਤਸ਼ਾਹ
ਅੰਗਦ ਕਾਲ ਨੂੰ ਪ੍ਰਵਾਨ ਕਰ ਲਿਆ ਕਿ ਇਹ ਧਰਮ ਗ੍ਰੰਥਾਂ ਦੀਆਂ ਸੋਹਾਂ ਚੱਕਦੇ ਪਏ ਨੇ, ਧਰਮ ਗ੍ਰੰਥ ਲੈ ਕੇ ਆਏ ਨੇ, ਆਟੇ ਦੀ ਗਊ ਬਣਾ ਕੇ ਲੈ ਕੇ ਆਏ ਨੇ। ਇਹ ਖਿਆਲ ਕਰਿਆ ਜੇ ਦੂਸਰੀ ਵਾਰ ਜਦੋਂ ਆਏ ਤੇ ਦੂਸਰੀ ਵਾਰ ਗੁਰਸਿੱਖਾਂ ਦੀ ਵਿਚਾਰ ਨੂੰ ਪ੍ਰਵਾਨ ਕਰਦਿਆਂ ਧੰਨ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ 6 ਤੇ 7 ਕੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਨੂੰ ਛੱਡਦੇ ਨੇ। 6 ਤੇ 7 ਕੋਹ ਦੀ ਰਾਤ ਨੂੰ ਜਿਸ ਵੇਲੇ ਅਨੰਦਪੁਰ ਸਾਹਿਬ ਨੂੰ ਛੱਡਿਆ ਤੇ ਗੁਰੂ ਮਹਾਰਾਜ ਦੇ ਨਾਲ 1500 ਖਿਆਲ ਕਰਿਆ ਜੇ ਜੀ ਸਨ, ਜਿਹਨਾਂ ਵਿੱਚ ਗੁਰੂ ਮਹਾਰਾਜ ਦਾ ਪਰਿਵਾਰ ਮਾਤਾ ਗੁਜਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਚਾਰੇ ਸਾਹਿਬਜ਼ਾਦੇ ਤੇ ਨਾਲ ਗੁਰੂ ਕੇ 5 ਪਿਆਰੇ ਖਿਆਲ ਕਰਿਆ ਜੇ ਨਾਲ ਇੱਥੇ ਜਿਹੜੇ ਅਨੰਦਪੁਰ ਸਾਹਿਬ ਦੇ ਵਿੱਚ ਹੋਰ ਰਹਿਣ ਵਾਲੇ ਜੀ ਸਨ, ਪਰਿਵਾਰਾਂ ਸਮੇਤ ਬੱਚੇ ਬੱਚੀਆਂ ਇਸਤਰੀਆਂ ਸਿੰਘ, ਇਹ ਸਾਰੇ 1500 ਦੇ ਕਰੀਬ ਇਤਿਹਾਸਕਾਰਾਂ ਨੇ ਲਿਖਿਆ ਤੇ ਇੱਥੇ ਸਾਰੀ ਜ਼ਿੰਮੇਵਾਰੀ ਗੁਰਬਖਸ਼ ਉਦਾਸੀ ਮਹੰਤ ਨੂੰ ਬਖਸ਼ਿਸ਼ ਕੀਤੀ ਕਿ ਭਾਈ ਤੂੰ ਇੱਥੇ ਅਨੰਦਪੁਰ ਸਾਹਿਬ ਦੀ ਆਪ ਸਾਂਭ ਸੰਭਾਲ ਕਰਨੀ ਹੈ। ਸਾਰੀ ਜ਼ਿੰਮੇਵਾਰੀ ਦੇ ਕੇ 6 ਤੇ 7 ਰਾਤੀ 6 ਤੇ 7 ਉਹ ਵੀ ਰਾਤ ਨੂੰ ਗੁਰੂ ਮਹਾਰਾਜ ਇੱਥੋਂ ਚਾਲਾ ਪਾਉਂਦੇ ਨੇ ਤੇ ਖਿਆਲ ਕਰਿਆ ਜੇ ਜਦੋਂ ਗੁਰੂ ਮਹਾਰਾਜ ਨੇ ਚਾਲਾ ਪਾਇਆ ਨਾ ਜਿੱਥੇ ਗੁਰੂ ਮਹਾਰਾਜ ਦੇ ਨਾਲ ਨਾਲ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ ਬੈਠ ਕੇ ਤੁਰੇ ਆ ਰਹੇ ਨੇ, ਉੱਥੇ ਇੱਕ ਪਾਸੇ ਅਗਲੇ ਪਾਸੇ ਬਾਬਾ ਜੁਝਾਰ ਸਿੰਘ ਜੀ ਨੂੰ ਕੀਤਾ, ਪਿਛਲੇ ਪਾਸੇ ਬਾਬਾ ਅਜੀਤ ਸਿੰਘ ਜੀ ਸਿੰਘਾਂ ਦੇ ਨਾਲ ਕੀਤਾ, ਨਾਲ ਇਸੇ ਤਰ੍ਹਾਂ 5 ਪਿਆਰਿਆਂ ਦੀ ਵੰਡ ਕੀਤੀ ਹੈ। ਕੁਝ ਜਥੇ ਪਿੱਛੇ ਲਾਏ ਨੇ, ਕੁਝ ਜਥੇ ਸਿੰਘਾਂ ਦੇ ਅੱਗੇ ਲਾਏ ਨੇ। ਕਿਉਂ? ਕਿਉਂਕਿ ਪਤਾ ਸੀ ਕਿ ਜਦੋਂ ਮੁਕਾਬਲਾ ਹੋਵੇਗਾ ਜਾਂ ਇਹਨਾਂ ਲੋਕਾਂ ਨੇ ਹੱਲਾ ਬੋਲਣਾ, ਜਾਂ ਤਾਂ ਅੱਗੋਂ ਬੋਲਣਗੇ ਜਾਂ ਪਿੱਛੋਂ ਬੋਲਣਗੇ, ਤੇ ਕਿਤੇ ਲੋਕ ਇਹ ਨਾ ਕਹਿਣ ਕਿ ਗੁਰੂ ਮਹਾਰਾਜ ਨੇ ਆਪਣੇ ਪੁੱਤਰ ਬਚਾ ਕੇ ਰੱਖੇ ਸੀ, ਪਿੱਛੇ ਵੀ ਆਪਣਾ ਪੁੱਤਰ ਲਾਇਆ, ਅੱਗੇ ਵੀ ਆਪਣਾ ਪੁੱਤਰ ਲਾਇਆ, ਦੁਸ਼ਮਣ ਦੇ ਨਾਲ ਮੁਕਾਬਲਾ ਕਰਨ ਵਾਸਤੇ ਹਰ ਪ੍ਰਕਾਰ ਦੀ ਜੋਤਮੰਦੀ ਸੋਚ ਕੇ ਗੁਰੂ ਮਹਾਰਾਜ ਤੁਰੇ ਨੇ। ਤੇ ਖਿਆਲ ਕਰਿਆ ਜੇ ਛੋਟੇ ਸਾਹਿਬਜ਼ਾਦੇ ਮੁੜ ਮੁੜ ਕੇ ਪਿੱਛੇ ਨੂੰ ਤੱਕਦੇ ਨੇ, ਮੁੜ ਮੁੜ ਕੇ ਅਨੰਦਪੁਰ ਸਾਹਿਬ ਵੱਲ ਤੱਕਦੇ ਨੇ। ਇੱਕ ਬੇਨਤੀ ਕਰਾਂ, ਕਿਰਾਏ ਤੇ ਕਿਸੇ ਨੇ ਘਰ ਲਿਆ ਹੋਵੇ ਨਾ ਕਿਰਾਏ ਤੇ, ਤੇ ਕਿਤੇ ਉਹਨੂੰ ਘਰ ਬਦਲਣਾ ਪੈ ਜਾਏ ਤੇ ਘਰ ਬਦਲਣ ਵੇਲੇ ਉਹਦੀਆਂ ਅੱਖਾਂ ਵਿੱਚੋਂ ਵੀ ਹੰਝੂ ਜਾਂਦੇ ਨੇ ਕਿ ਮੈਂ ਇੱਥੇ 5 ਸਾਲ ਕੱਢੇ, ਮੈਂ 10 ਸਾਲ ਕੱਢੇ, ਤੇ ਜਿਸ ਨਗਰ ਨੂੰ ਆਪ ਉਹਨਾਂ ਦੇ ਬਾਪੂ ਨੇ ਵਸਾਇਆ ਹੋਵੇ। ਖਿਆਲ ਕਰਿਆ ਜੇ ਇਹ ਨਗਰ ਜਿਹੜਾ ਹੈ ਨਾ ਧੰਨ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਸਾਇਆ ਹੋਇਆ, ਦੀਪ ਚੰਦ ਅਕਾਲ ਚਲਾਣਾ ਕਰ ਗਿਆ ਤੇ ਉਹਦੀ ਜਿਹੜੀ ਰਾਣੀ ਸੀ ਰਾਣੀ ਚੰਪਾ ਬਾਈ, ਉਹਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਤਿਕਾਰ ਸਹਿਤ ਉਹਦੇ ਮਰਨੇ ਤੇ ਬੁਲਾਇਆ ਤੇ ਗੁਰੂ ਮਹਾਰਾਜ ਕੀਰਤਪੁਰ ਸਾਹਿਬ ਦੇ ਨੇੜੇ ਚਾਹੁੰਦੇ ਸਨ ਕੋਈ ਟਿਕਾਣਾ ਵੇਖਿਆ ਜਾਵੇ ਜਿੱਥੇ ਨਗਰ ਕਾਇਮ ਕੀਤਾ ਜਾਵੇ। ਤੇ ਮਾਖੋਵਾਲ ਪਸੰਦ ਆਇਆ, ਮਾਖੋਵਾਲ ਦਾ ਏਰੀਆ ਦੀਪ ਚੰਦ ਦੇ ਜਿਹੜਾ ਮਲਕੀਅਤ ਵਿੱਚ ਸੀ ਤੇ ਜਿਹੜੀ ਉਹਦੀ ਰਾਣੀ ਸੀ ਚੰਪਾ ਬਾਈ, ਉਹਨੇ ਗੁਰੂ ਮਹਾਰਾਜ ਨੂੰ ਮਾਖੋਵਾਲ ਨਗਰ ਭੇਟ ਕਰਨਾ ਚਾਹਿਆ ਕਿ ਗੁਰੂ ਮਹਾਰਾਜ ਤੁਹਾਨੂੰ ਇਹ ਪਸੰਦ ਆਇਆ, ਤੁਸੀਂ ਕਿੱਥੇ ਨਗਰ ਆਪਣਾ ਵਸਾਓ। ਮਗਰ ਗੁਰੂ ਮਹਾਰਾਜ ਨੇ ਇੱਥੇ ਨਗਰ ਭੇਟਾ ਵਿੱਚ ਦਾਨ ਵਿੱਚ ਨਹੀਂ ਲਿਆ, ਪਤਾ ਸੀ ਕੱਲ ਨੂੰ ਇੱਥੇ ਖਾਲਸੇ ਦੀ ਸਿਰਜਣਾ ਹੋਣੀ ਹੈ, ਖਾਲਸਾ ਪੰਥ ਪੈਦਾ ਹੋਣਾ ਹੈ, ਤੇ ਦਾਨ ਦੀ ਦਿੱਤੀ ਜਗ੍ਹਾ ਵਿੱਚੋਂ ਖਾਲਸਾ ਪੰਥ ਪੈਦਾ ਨਾ ਹੋਵੇ। ਗੁਰੂ ਮਹਾਰਾਜ ਨੇ ਗੁਰੂ ਨਾਨਕ ਦੇ ਘਰ ਦੀ ਮਲਕੀਅਤ ਪੈਦਾ ਕੀਤੀ, 2200 ਰੁਪਈਏ ਦੇ ਕੇ ਇਹ ਜਿਹੜੀ ਜਗ੍ਹਾ ਖਰੀਦੀ ਤੇ ਇਸ ਜਗ੍ਹਾ ਦਾ ਨਾਂ ਉਸ ਵੇਲੇ ਨਗਰ ਵਸਾਉਣ ਲੱਗਿਆ ਚੱਕ ਨਾਨਕੀ ਰੱਖਿਆ। ਤੇ ਜਿਸ ਵੇਲੇ ਗੁਰੂ ਮਹਾਰਾਜ ਗੁਰੂ ਗੋਬਿੰਦ ਰਾਏ ਸਾਹਿਬ ਜੀ 5 ਸਾਲ ਦੀ ਅਰਬਲਾ ਅੰਦਰ ਪਟਨਾ ਸਾਹਿਬ ਤੋਂ ਚੱਲ ਕੇ ਆਏ, ਉਸ ਵੇਲੇ ਸ਼ਬਦ ਪੜਿਆ ਗਿਆ ਸੀ ਅਨੰਤ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਤੇ ਉਸ ਵੇਲੇ ਇਸ ਨਗਰ ਦਾ ਨਾਂ ਬਦਲ ਕੇ ਸ੍ਰੀ ਅਨੰਦਪੁਰ ਸਾਹਿਬ ਰੱਖਿਆ ਗਿਆ। ਖਿਆਲ ਕਰਿਆ ਜੇ ਜਿਹਨਾਂ ਦੇ ਬਾਪੂ ਨੇ ਨਗਰ ਵਸਾਇਆ ਸੀ, ਜਦੋਂ ਉਸ ਨਗਰ ਨੂੰ ਛੱਡ ਕੇ ਛੋਟੇ ਸਾਹਿਬਜ਼ਾਦੇ ਜਾ ਰਹੇ ਨੇ ਨਾ, ਪਿੱਛੇ ਮੁੜ ਮੁੜ ਕੇ ਵੇਖਦੇ ਨੇ, ਮੁੜ ਮੁੜ ਕੇ ਵੇਖਦੇ, ਦਾਦੀ ਮਾਂ ਨੂੰ ਪੁੱਛਦੇ ਨੇ, ਦਾਦੀ ਮਾਂ ਆਪਾਂ ਮੁੜ ਕੇ ਫਿਰ ਅਨੰਦਪੁਰ ਸਾਹਿਬ ਵਿੱਚ ਆਵਾਂਗੇ। ਦਾਦੀ ਮਾਂ ਨੇ ਜਦੋਂ ਆਹ ਬਚਨ ਸੁਣਿਆ ਨਾ, ਛੋਟੇ ਸਾਹਿਬਜ਼ਾਦਿਆਂ ਦੇ ਪਾਸੋਂ ਘੁੱਟ ਕੇ ਦੋਨਾਂ ਨੂੰ ਗਲਵੱਕੜੀ ਵਿੱਚ ਲੈ ਲਿਆ, ਆਖਿਆ ਪੁੱਤਰੋ ਪਤਾ ਨਹੀਂ ਪਰਮਾਤਮਾ ਜਾਣੇ ਕੀ ਭਾਣਾ ਵਰਤਣ ਵਾਲ ਆਉਣਾ ਹੋਵੇਗਾ ਕਿ ਨਹੀਂ ਆਉਣਾ ਹੋਵੇਗਾ, ਮੈਂ ਕੀ ਕਰ ਸਕਦੀ ਹਾਂ, ਮੈਂ ਕੀ ਕਰ ਸਕਦੀ ਹਾਂ। ਤੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਇਹ ਕਾਫਲਾ ਤੁਰਿਆ, ਜਿਸ ਵੇਲੇ ਕਾਫਲਾ ਤੁਰਿਆ ਅਜੇ ਸਰਸਾ ਤੱਕ ਪਹੁੰਚੇ ਸਨ, ਅੰਮ੍ਰਿਤ ਵੇਲਾ ਹੋ ਚੁੱਕਾ ਸੀ। ਖਿਆਲ ਕਰਿਆ ਜੇ ਸਰਸਾ ਦੇ ਕਿਨਾਰੇ ਜਦੋਂ ਪਹੁੰਚੇ, ਗੁਰੂ ਮਹਾਰਾਜ ਨੇ ਤੱਕਿਆ ਬਰਸਾਤੀ ਨਾਲਾ ਪਾਣੀ ਦੇ ਨਾਲ ਭਰ ਕੇ ਵਹਿੰਦਾ ਪਿਆ, ਇਥੋਂ ਇੱਕਦਮ ਅੱਗੇ ਨਿਕਲਣਾ ਸੁਖਾਲਾ ਨਹੀਂ। ਦੂਸਰੀ ਗੱਲ,
ਗੁਰੂ ਮਹਾਰਾਜ ਨੇ ਸਾਡੇ ਵਾਸਤੇ ਪੂਰਨਾ ਪਾਉਣਾ ਚਾਹਿਆ ਕਿ ਅਮਰਤ ਵੇਲਾ ਹੋ ਚੁੱਕਾ ਹੈ, ਗੁਰੂ ਨਾਨਕ ਦੇ ਘਰ ਅੰਦਰ ਗੁਰਸਿੱਖ ਵਾਸਤੇ ਜ਼ਰੂਰੀ ਹੈ, ਭਾਵੇਂ ਗਮੀ ਦਾ ਸਮਾਂ, ਭਾਵੇਂ ਖੁਸ਼ੀ ਦਾ ਸਮਾਂ, ਭਾਵੇਂ ਸੁੱਖ ਦਾ, ਭਾਵੇਂ ਦੁੱਖ ਦਾ, ਭਾਵੇਂ ਜੰਗ ਦਾ, ਭਾਵੇਂ ਸ਼ਾਂਤੀ ਦਾ, ਗੁਰੂ ਕਹਿ ਸਿੱਖਾ ਤੂੰ ਅੰਮ੍ਰਿਤ ਵੇਲਾ ਨਹੀਂ ਖਜਾਉਣਾ, ਤੂੰ ਬਾਣੀ ਨਹੀਂ ਖਜਾਉਣੀ, ਤੂੰ ਆਸਾ ਦੀ ਵਾਰ ਦਾ ਕੀਰਤਨ ਨਹੀਂ ਖਜਾਉਣਾ। ਇਸੇ ਲਈ ਜੋਗੀ ਅੱਲਾ ਜਾਰਖਾ ਲਿਖਦਾ ਹੈ, ਹਰ ਸਰਪੇ ਵਕਤ ਆ ਗਿਆ ਆਸਾ ਦੀ ਵਾਰ ਕਾ ਸਾਜੋ ਕੇ ਜੀਰੋ ਬਾਬੂ ਕਾ ਚੜਾਓ ਉਤਾਰਤਾ, ਹਰ ਸਰਪੇ ਵਕਤ ਆ ਗਿਆ ਆਸਾ ਕੀ ਵਾਰ ਕਾ ਸਾਜੋ ਕੇ ਜੀਰੋ ਬਾਬੂ ਕਾ ਚੜਾਓ ਉਤਾਰ ਕਾ, ਮਨਸਾ ਦਾ ਤਰਦੀ ਧਰ ਕੇ ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਕਰ ਲੈ ਭਜਨ ਕਿਰਤ ਗਾਰ ਕਾ। ਧੰਨ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੁਕਮ ਕਰ ਦਿੱਤਾ ਕਿ ਇੱਥੇ ਸਰਸਾ ਦੇ ਕਿਨਾਰੇ ਦੀਵਾਨ ਸਜਾਇਆ ਜਾਏ, ਬਾਣੀ ਪੜੀ ਗਈ, ਆਸਾ ਕੀ ਵਾਰ ਦਾ ਕੀਰਤਨ ਪ੍ਰਾਰੰਭ ਹੋ ਗਿਆ। ਇਸ ਵੇਲੇ ਸਾਰੀ ਸਿੱਖ ਸੰਗਤ ਪਰਮਾਤਮਾ ਦੀ ਭਗਤੀ ਅੰਦਰ ਜੁੜੀ। ਉਸ ਵੇਲੇ ਜਿਨ੍ਹਾਂ ਨੇ ਆਟੇ ਦੀ ਗਊ ਬਣਾ ਕੇ ਸ਼੍ਰੀਮਦ ਭਾਗਵਤ ਦੀਆਂ ਸੁਗੰਧਾਂ ਖਾਧੀਆਂ ਸਨ, ਕੁਰਾਨ ਦੀਆਂ ਕਸਮਾਂ ਖਾਧੀਆਂ ਸਨ, ਉਹ ਸੁਗੰਧਾਂ ਤੇ ਕਸਮਾਂ ਤੋੜ ਕੇ ਗੁਰੂ ਮਹਾਰਾਜ ਪਰ ਹਮਲਾ ਕਰਨ ਵਾਸਤੇ ਆਣ ਪਏ, ਜਾਂ ਮਹਾਬੰਦਗੀ ਹੋਏ ਨਾਨਕ ਕੇ ਜਾਨ ਛੀਨ, ਆ ਟੁੱਟੇ ਖਾਲਸਾ ਪਰ ਅਚਾਨਕ ਕਈ ਲੀਨ ਕਈ ਲਾਂਟੀ ਟੁੱਟ ਕੇ ਗੁਰੂ ਮਹਾਰਾਜ ਪਰ ਤੋਂ ਪੈਣ ਲੱਗੇ। ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ, ਭਾਈ ਬਚਿੱਤਰ ਸਿੰਘ ਜੀ ਨੂੰ, ਭਾਈ ਕੋਦੇ ਸਿੰਘ ਜੀ ਨੂੰ ਤੇ ਭਾਈ ਜੀਵਨ ਸਿੰਘ ਨੂੰ ਹੁਕਮ ਕੀਤਾ ਕਿ ਇਹ ਲੋਕ ਆਪਣੇ ਵਾਅਦੇ ਤੇ ਕਸਮਾਂ ਭੁੱਲ ਕੇ ਹਮਲਾ ਕਰਨ ਵਾਸਤੇ ਆਏ ਨੇ, ਇਹਨਾਂ ਦੇ ਨਾਲ ਤੁਸੀਂ ਮੁਕਾਬਲਾ ਕਰਨਾ, ਅਸੀਂ ਅੰਦਰ ਦੀ ਜੰਗ ਕਰਦੇ ਪਏ, ਤੁਸੀਂ ਬਾਹਰ ਦੀ ਜੰਗ ਕਰਨੀ। ਕਿਆ ਕਰਿਆ ਜੀ, ਗੁਰੂ ਕਾ ਸਿੱਖ ਅੰਦਰ ਦਾ ਵੀ ਸੂਰ ਹੈ, ਗੁਰੂ ਕਾ ਸਿੱਖ ਬਾਹਰ ਦਾ ਵੀ ਸੂਰ ਹੈ। ਅੰਦਰ ਜਿਹੜੇ ਦੁਸ਼ਮਣ ਨੇ ਬੈਠੇ ਉਹਨਾਂ ਨਾਲ ਲੜਦਾ ਹੈ ਸੂਰਮਤਾਈ ਦੁਆਰਾ, ਉਹ ਅੰਦਰ ਦੁਸ਼ਮਣ ਕੌਣ, ਇਸ ਦੇਹੀ ਅੰਦਰ ਪੰਜ ਚੋਰ ਵਸਾ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅਮਰ ਲੁੰਟਾ ਮਨਖਣ ਦੂਜਾ ਕੋਈ ਨਾ ਸੁਣੇ ਪੁਕਾਰਾ, ਤੇ ਉਹਨਾਂ ਨਾਲ ਲੜਿਆ ਜਾਂਦਾ ਹੈ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ, ਸੂਰਾ ਨਾਮ ਦੇ ਆਸਰੇ, ਬਾਣੀ ਦੇ ਆਸਰੇ, ਭਗਤੀ ਦੇ ਆਸਰੇ, ਤੇ ਸਿੱਖ ਬਾਹਰ ਦਾ ਵੀ ਸੂਰ ਹੈ। ਗਗਨ ਦਮਾਮਾ ਬਾਜੋ ਪਰੋ ਨਿਸ਼ਾਨਾ ਤਾਓ ਖੇਤ ਮਾਡੋ ਸੂਰਮਾ ਅਬਜੁ ਜਿਨਕੋ ਦਾ ਸੂਰਾ ਸੋ ਪਹਿਚਾਨੀ ਹੈ। ਜੋ ਲੜਾ ਦੀਨ ਦੇ, ਦੀਨ ਦੇ ਦੋ ਅਰਥ ਅਸੀਂ ਲੈਂਦੇ, ਇੱਕ ਤੇ ਦੀਨ ਦਾ ਅਰਥ ਹੈ ਮਜਲੂਮ, ਦੂਜਾ ਦੀਨ ਦਾ ਅਰਥ ਹੈ ਧਰਮ। ਸੱਚਮੁੱਚ ਗੁਰੂ ਕਾ ਸਿੱਖ ਮਜਲੂਮਾਂ ਦੀ ਖਾਤਰ ਵੀ ਲੜਦਾ ਹੈ ਤੇ ਧਰਮ ਦੀ ਖਾਤਰ ਵੀ ਲੜਦਾ ਹੈ, ਤੇ ਅੱਜ ਧਰਮ ਦੀ ਖਾਤਰ ਲੜਨ ਵਾਸਤੇ ਜਦੋਂ ਸਮਾਂ ਆਇਆ ਤੇ ਗੁਰੂ ਕਾ ਸਿੱਖ ਸੂਰੇ ਇਹ ਜਿਹੜੇ ਚਾਰੇ ਜਰਨੈਲ ਸਨ ਖਾਲਸਾ ਫੌਜ ਨੂੰ ਲੈ ਕੇ, ਖਾਲਸਾ ਫੌਜ ਦੀ ਇਹੋ ਜਿਹੀ ਕੰਘੀ ਬਣਾਉਂਦੇ ਨੇ, ਇਹੋ ਜਿਹੀ ਕੰਘੀ ਕਿ ਇਹ ਲੋਕ ਜਿਹੜੇ ਗੁਰੂ ਮਹਾਰਾਜ ਤੱਕ ਪਹੁੰਚਣਾ ਚਾਹੁੰਦੇ ਨੇ, ਉਹ ਜਦੋਂ ਖਾਲਸਾ ਫੌਜ ਦੀ ਕੰਘੀ ਦੇ ਨੇੜੇ ਪਹੁੰਚਦੇ ਨੇ ਤੇ ਲੋਥਾਂ ਬਣ ਕੇ ਥੱਲੇ ਵਿਛਦੇ ਜਾਂਦੇ ਨੇ, ਲੋਥਾਂ ਬਣ ਕੇ। ਇਸੇ ਲਈ ਅਜੀਬ ਕਹਿੰਦਾ ਹੈ, ਬਦ ਵਕਤੋਂ ਨੇ ਜੋ ਵਾਅਦਾ ਕੀਆ ਸਾ ਬਿਸਰ ਗਏ, ਬਦ ਵਕਤੋਂ ਨੇ ਜੋ ਵਾਅਦਾ ਕੀਆ ਸਾ ਬਿਸਰ ਗਏ, ਨਾ ਮਰਦ ਕੌਰ ਕਰਕੇ ਜਵਾਨ ਸੇ ਮੁਕਰ ਗਏ। ਫਿਰ ਗੋਬਿੰਦ ਸਿੰਘ ਕੇ ਛੇਰ ਵੀ ਫੌਰਨ ਵਿਪਰ ਗਏ, ਤਲਵਾਰੇ ਸੂਤ ਸੂਤ ਕੇ ਰਣ ਮੇ ਉਤਰ ਗਏ, ਮੈਦਾਨ ਕੋ ਇੱਕ ਆਣ ਮੇ ਚੁਰੰਗ ਕਰ ਦਿਆ। ਰੁਸਤਮ ਵੀ ਆਇਆ ਸਾਹਮਣੇ ਤੋਂ ਦੰਗ ਕਰ ਦਿਆ, ਚੌਹਾਂ ਜਰਨੈਲਾਂ ਦੀ ਕਮਾਂਡ ਹੇਠ ਖਾਲਸਾ ਫੌਜ ਏਦਾਂ ਦੀ ਲੜਾਈ ਲੜਦੀ ਏ ਕਿ ਇਹ ਲੋਕ ਦੰਗ ਰਹਿ ਗਏ ਕਿ ਅਸੀਂ ਤੇ ਇਹਦੀ ਤਾਦਾਦ ਵਿੱਚ ਚੱਲ ਕੇ ਆਏ ਗੁਰੂ ਮਹਾਰਾਜ ਤੇ ਹਮਲਾ ਕਰਨ ਵਾਸਤੇ, ਮਗਰ ਅਸੀਂ ਤੇ ਖਾਲਸਾ ਫੌਜ ਦੀ ਕੰਘੀ ਨਹੀਂ ਤੋੜ ਸਕੇ। ਇੱਧਰ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਿਆਲ ਕਰ ਰਿਹਾ ਜੇ ਅੰਤਰ ਜਾਮੇ ਸਤਿਗੁਰੂ ਜਾਣਦੇ ਨੇ ਕਿ ਕੁਝ ਪਲਾਂ ਦੀ ਖੇਡ ਹੈ, ਕੁਝ ਪਲਾਂ ਦੀ ਖੇਡ, ਕੁਝ ਪਲਾਂ ਅੰਦਰ। ਆ ਜਿਹੜਾ ਮੇਰਾ ਸਾਰਾ ਪਰਿਵਾਰ ਇਕੱਤਰ ਧੋ ਕੇ ਬੈਠਾ ਸਿੱਖ ਸੰਗਤ ਦੇ ਨਾਲ, ਇਹਨੇ ਖੇਰੂ ਖੇਰੂ ਹੋ ਜਾਣਾ, ਖੇਰੂ ਖੇਰੂ। ਅੰਤਰ ਜਾਮੀ ਸਤਿਗੁਰੂ ਕਿੱਡੇ ਵੱਡੇ ਜਿਗਰੇ ਵਾਲੇ ਨੇ, ਕਿੱਡੇ ਵੱਡੇ ਪਰਉਪਕਾਰੀ ਨੇ। ਇਸੇ ਲਈ ਤਾਂ ਦੀਪ ਨੇ ਆਖਿਆ, ਕਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਦੇਸ਼ ਤੋਂ ਵਾਰਿਆ, ਮੈਂ ਚਾਰ ਪੁੱਤ ਸਨ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ। ਸਮਾਪਤੀ ਹੋਈ, ਜਦੋਂ ਸਮਾਪਤੀ ਹੋਈ ਤੇ ਖਿਆਲ ਕਰਿਆ ਜੇ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਭਾਈ ਮਣੀ ਸਿੰਘ, ਭਾਈ ਜਵਾਹਰ ਸਿੰਘ ਦੇ ਨਾਲ ਵਾਇਆ ਹਰਿਦੁਆਰ ਦਿੱਲੀ ਨੂੰ ਚਾਲਾ ਪਾ ਜਾਂਦੇ ਨੇ, ਤੇ ਦੂਜਾ ਪੱਖ ਜਿਹੜਾ ਵੱਡੇ ਮਾਤਾ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਦੋਂ ਨਿਕਲਦੇ ਨੇ, ਸਰਸਾ ਦਾ ਪਾਣੀ ਬਹੁਤ ਚੜਿਆ ਹੋਇਆ, ਬਹੁਤ ਚੜਿਆ ਹੋਇਆ, ਤੇ ਇੱਥੇ ਹੀ ਸਰਸਾ ਦੇ ਕਿਨਾਰੇ ਕਿਨਾਰੇ ਅੱਗੇ ਜਾ ਕੇ ਕੁੰਮੇ ਮਾਸ਼ਕੀ ਦੀ ਝੁੱਗੀ ਹੈ, ਇਤਿਹਾਸਕਾਰਾਂ ਲਿਖਿਆ। ਜਦੋਂ ਉਹਨੇ ਤੱਕਿਆ ਨਾ ਗੁਰੂ ਮਹਾਰਾਜ ਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਮਾਂ ਜੀ ਇਸ ਵੇਲੇ ਦੀ ਜਿਹੜੀ ਹਾਲਤ ਹੈ ਉਹ ਬੜੀ ਨਾਜ਼ੁਕ ਹੈ,
ਅੱਜ ਤੁਸੀਂ ਬਾਹਰ ਨਾ ਵਿੱਚ ਆਓ, ਮੇਰੀ ਝੁੱਗੀ ਦੇ ਅੰਦਰ ਟਿਕਾਣਾ ਕਰੋ, ਮੇਰੀ ਝੁੱਗੀ ਦੇ ਅੰਦਰ ਨਿਵਾਸਾ ਕਰੋ। ਜਿੰਨਾ ਚਿਰ ਤੁਸੀਂ ਕਿੱਥੇ ਰਹੋਗੇ ਮੈਨੂੰ ਖੁਸ਼ੀ ਹੋਏਗੀ ਕਿ ਮੈਂ ਤੁਹਾਡੀ ਸੇਵਾ ਕਮਾ ਸਕਾਂ। ਤੇ ਤੀਜਾ ਜਿਹੜਾ ਹਿੱਸਾ ਹੈ ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਾਲ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਾਲਾ ਖਿਆਲ ਕਰਿਆ ਜੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਆਹ ਜਿਹੜੀ ਸਰਸਾ ਸਾਨੂੰ ਰੋਕਣ ਵਾਸਤੇ ਚੜੀ ਹੋਈ ਏ, ਅਸੀਂ ਸਰਸਾ ਦੀ ਰੋਕ ਨੂੰ ਵੀ ਰੋਕ ਨਹੀਂ ਜਾਣਨਾ, ਸਰਸਾ ਨੂੰ ਚੀਰ ਕੇ ਅੱਗੇ ਨਿਕਲਣਾ। ਗੁਰੂ ਮਹਾਰਾਜ ਨੇ ਜਦੋਂ ਆਪਣਾ ਘੋੜਾ ਸਰਸਾ ਨੂੰ ਠੇਲਿਆ ਤੇ ਨਾਲ ਦੀ ਨਾਲ ਪਿੱਛੇ ਗੁਰੂ ਕੇ ਲਾਲਾ ਨੇ ਆਪਣੇ ਘੋੜੇ ਠੇਲ ਦਿੱਤੇ। ਕੁਝ ਜਿਹੜੇ ਪੈਦਲ ਸਨ ਪੈਦਲ ਵਿੱਚੋਂ ਦੀ ਸਰਸਾ ਦੇ ਪੰਡ ਨੂੰ ਚੀਰ ਕੇ ਤੁਰਦੇ ਪਾਰ ਹੁੰਦੇ ਪਏ ਨੇ ਤੇ ਖਿਆਲ ਕਰਿਆ ਜੇ ਇਹ ਸਰਸਾ ਦਾ ਵਹਿਣ ਇੰਨਾ ਤੇਜ਼ ਸੀ, ਇੰਨਾ ਤੇਜ਼ ਕਿ ਬਹੁਤ ਸਾਰੇ ਸਿੰਘ ਸੁਭਾਅ ਦੇ ਅੰਦਰ ਗੁਰੂ ਮਹਾਰਾਜ ਤੋਂ ਦੂਰ ਜਾ ਕੇ ਅੱਗੇ ਕੋਈ ਮੀਲ ਤੇ ਕੋਈ ਦੋ ਮੀਲ ਤੇ ਜਾ ਕੇ ਨਿਕਲਿਆ, ਵਿਛੜ ਗਏ ਗੁਰੂ ਮਹਾਰਾਜ ਤੋਂ, ਕਈ ਵਹਿ ਗਏ। ਤੇ ਕਿੰਨਾ ਕੀਮਤੀ ਸਮਾਨ ਇਹ ਸਰਸਾ ਦੇ ਵਹਿਣ ਵਿੱਚ ਵਹਿ ਗਿਆ। ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਮਹਾਰਾਜ ਦੁਆਰਾ ਇੱਕ ਨੌ ਮਣ ਦਾ ਵਿਦਿਆ ਸਰ ਗ੍ਰੰਥ ਜਿਹੜਾ ਸੀ ਲਿਖਿਆ ਹੋਇਆ, ਉਹ ਵੀ ਸਰਸਾ ਦੇ ਵਹਿਣ ਵਿੱਚ ਵਹਿ ਗਿਆ। ਬਹੁਤ ਕੀਮਤੀ ਸਮਾਨ ਸਰਸਾ ਦੇ ਵਹਿਣ ਵਿੱਚ ਵਹਿ ਗਿਆ, ਮਗਰ ਗੁਰੂ ਮਹਾਰਾਜ ਸਰਸਾ ਨੂੰ ਚੀਰ ਕੇ ਅੱਗੇ ਨਿਕਲੇ ਤੇ ਅੱਗੇ ਜਾ ਕੇ ਸਾਹਿਬਜ਼ਾਦੇ ਤੇ ਗੁਰੂ ਕੇ ਲਾਲ ਪਿੱਛੇ ਤੱਕਦੇ ਨੇ ਕਿ ਬਹੁਤ ਸਾਰੇ ਸਿੰਘ ਇਸ ਵਹਿਣ ਦੇ ਅੰਦਰ ਵਹਿੰਦੇ ਪੈ ਜਾਂਦੇ ਨੇ। ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਡੂਬਤੇ ਹੋਏ ਸਰਸਾ ਮੇ ਪਿਆਰੇ ਨਜ਼ਰ ਆਏ, ਵਿਫਰੇ ਹੋਏ ਗੋਬਿੰਦ ਕੇ ਦੁਲਾਰੇ ਨਜ਼ਰ ਆਏ। ਕੀ ਕਹਿੰਦੇ ਨੇ? ਇਜਾਜ਼ਤ ਨਹੀਂ ਹੈ ਹਮੇ ਰਨ ਕੀ, ਇਜਾਜ਼ਤ ਨਹੀਂ ਹਮੇ ਰਨ ਕੀ, ਮੱਟੀ ਤੱਕ ਉਡਾ ਸਕਦੇ ਹਾਂ ਦੁਸ਼ਮਣ ਕੇ ਚਮਣ ਕੀ, ਕਿ ਗੁਰੂ ਮਹਾਰਾਜ ਦੀ ਆਗਿਆ ਨਹੀਂ ਇਸ ਵੇਲੇ ਸਾਨੂੰ ਜੰਗ ਕਰਨ ਦੀ। ਜੇ ਕਿਤੇ ਗੁਰੂ ਮਹਾਰਾਜ ਦੀ ਆਗਿਆ ਹੋਵੇ ਆ ਜਿਹੜਾ ਦੁਸ਼ਮਣ ਸਾਡੇ ਪਿੱਛੇ ਚੱਲ ਕੇ ਆਉਂਦਾ ਪਿਆ ਇਹਦੀ ਮਿੱਟੀ ਤੱਕ ਉਡਾ ਕੇ ਰੱਖ ਦਈਏ, ਮਗਰ ਗੁਰੂ ਮਹਾਰਾਜ ਦੇ ਹੁਕਮ ਦੇ ਅੰਦਰ ਅੱਗੇ ਨੂੰ ਚਾਲਾ ਪਾਇਆ ਜਾਂਦਾ। ਖਿਆਲ ਕਰਿਆ ਜੇ ਅੱਗੇ ਰੋਪੜ ਦੇ ਨੇੜੇ ਜਦੋਂ ਆਏ ਨਾ ਤੇ ਮਲਕਪੁਰ ਦੇ ਰੰਗੜਾ ਨੇ ਅੱਗੋਂ ਹਮਲਾ ਬੋਲ ਦਿੱਤਾ। ਭਾਈ ਬਚਿੱਤਰ ਸਿੰਘ ਨੇ ਅੱਗੇ ਹੋ ਕੇ ਇਹਨਾਂ ਰੰਗੜਾ ਨੂੰ ਰੋਕਿਆ, ਰੰਗੜਾ ਦੇ ਨਾਲ ਮੁਕਾਬਲਾ ਕਰਦਿਆਂ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋ ਗਏ, ਰੰਗੜ ਮਾਰੇ ਗਏ। ਤੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਬਚਿੱਤਰ ਸਿੰਘ ਦੇ ਵਾਸਤੇ ਇੱਥੇ ਨੇੜੇ ਉਹਨਾਂ ਦਾ ਇੱਕ ਸੇਵਕ ਸੀ ਕੋਟਲਾ ਨਿਹੰਗ, ਜਿਹੜਾ ਇਹ ਨਗਰ ਹੈ ਤੇ ਇੱਥੇ ਨਿਹੰਗ ਖਾਨ ਪਠਾਨ ਸੀ ਤੇ ਉਹ ਪਠਾਨ ਗੁਰੂ ਮਹਾਰਾਜ ਦਾ ਸ਼ਰਧਾਲੂ ਸੀ। ਜਿਸ ਵੇਲੇ ਉਹਦੇ ਪੁੱਤਰ ਆਲਮ ਖਾਨ ਦਾ ਵਿਆਹ ਹੋਇਆ ਨਾ, ਉਸਨੇ ਗੁਰੂ ਮਹਾਰਾਜ ਦੇ ਹਜ਼ੂਰ ਬੇਨਤੀ ਕੀਤੀ ਸੀ ਅਨੰਦਪੁਰ ਸਾਹਿਬ ਜਾ ਕੇ, ਤਾਰ ਪਾਤਸ਼ਾਹ ਮੇਰੇ ਪੁੱਤਰ ਦਾ ਵਿਆਹ ਹੈ ਤੇ ਮੇਰੇ ਪੁੱਤਰ ਦੇ ਵਿਆਹ ਅੰਦਰ ਤੁਸੀਂ ਸ਼ਿਰਕਤ ਕਰਨੀ, ਤੁਸੀਂ ਮੇਰੇ ਪੁੱਤਰ ਦੇ ਵਿਆਹ ਦੇ ਵਿੱਚ ਮੁੱਖ ਮਹਿਮਾਨ ਹੋਵੋਗੇ, ਮੁੱਖ ਮਹਿਮਾਨ। ਤੇ ਗੁਰੂ ਮਹਾਰਾਜ ਇਸ ਦੇ ਪੁੱਤਰ ਦੇ ਵਿਆਹ ਤੇ ਆਏ ਤੇ ਕਿੰਨੀ ਬੜੀ ਸੇਵਾ ਸ਼ਰਧਾ ਭਗਤੀ ਦੇ ਨਾਲ ਕੀਤੀ ਤੇ ਗੁਰੂ ਮਹਾਰਾਜ ਦੇ ਹੁਕਮ ਦੇ ਨਾਲ ਇਸ ਦੇ ਘਰ ਭਾਈ ਬਚਿੱਤਰ ਸਿੰਘ ਨੂੰ ਕੁਝ ਸਿੰਘ ਨਾਲ ਲੈ ਕੇ ਲਿਜਾਇਆ ਗਿਆ ਤੇ ਗੁਰੂ ਮਹਾਰਾਜ ਸਿੰਘਾਂ ਦੇ ਨਾਲ ਇੱਥੋਂ 12 ਵਜੇ ਰਾਤ ਨੂੰ ਨਿਕਲ ਜਾਂਦੇ ਨੇ। ਖਿਆਲ ਕਰਿਆ ਜੀ ਇਤਿਹਾਸ ਹੈ, ਗੁਰੂ ਮਹਾਰਾਜ ਸਿੰਘਾਂ ਦੇ ਨਾਲ 12 ਵਜੇ ਇੱਥੋਂ ਨਿਕਲੇ, ਮਗਰ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਸਨ, ਜ਼ਖਮੀ ਹਾਲ ਦੇ ਅੰਦਰ ਇੱਥੇ ਇਸ ਦੇ ਘਰ ਵਰਾਜਦੇ ਨੇ। ਤੇ ਇਸ ਨਿਹੰਗ ਖਾਨ ਦੀ ਇੱਕ ਪੁੱਤਰੀ ਹੈ, ਉਹਦਾ ਨਾਂ ਹੈ ਮਮਤਾਜ, ਮਮਤਾਜ ਦਾਸ। ਇਸ ਵਾਸਤੇ ਜ਼ਿਕਰ ਕਰਨ ਲੱਗਾ ਕਿ ਦੇਖੋ ਇਸ ਪਰਿਵਾਰ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਤੀ ਕਿੰਨੀ ਸ਼ਰਧਾ ਹੈ ਤੇ ਉਹ ਬੱਚੀ ਜਿਹੜੀ ਇਸ ਨਿਹੰਗ ਖਾਨ ਦੀ ਬੱਚੀ ਹੈ ਉਸ ਬੱਚੀ ਨੇ ਆਪਣਾ ਸਿਰ ਕਿੱਦਾਂ ਪਾਲਿਆ। ਉਹ ਬੱਚੀ ਮਮਤਾਜ ਭਾਈ ਬਚਿੱਤਰ ਸਿੰਘ ਦੀ ਸੇਵਾ ਵਿੱਚ ਬਿਮਾਰ ਕੁਰਸੀ ਕਰ ਰਹੀ ਹੈ, ਹਰ ਪ੍ਰਕਾਰ ਦੇ ਇਮਾਨਦਾਰੀ ਕਰ ਰਹੀ ਹੈ। ਤੇ ਇਹ ਸਵੇਰੇ 5 ਵਜੇ ਛਾਪਾ ਪੈ ਗਿਆ, ਕਿਸੇ ਨੇ ਕਿਸੇ ਫੌਜਦਾਰ ਨੂੰ ਦੱਸਿਆ, ਜਿਹੜਾ ਫੌਜਦਾਰ ਜਥਾ ਲੈ ਕੇ ਗਸ਼ਤ ਕਰ ਰਿਹਾ ਸੀ, ਕਿ ਨਿਹੰਗ ਖਾਨ ਦੇ ਘਰ ਗੁਰੂ ਮਹਾਰਾਜ ਠਹਿਰੇ ਨੇ, ਗੁਰੂ ਕੇ ਸਿੱਖ ਵੀ ਨਾਲ ਨੇ। ਤੇ ਇਸ ਨਿਹੰਗ ਖਾਨ ਦੇ ਘਰ ਪੁਲਿਸ ਨੇ ਛਾਪਾ ਮਾਰਿਆ, ਜਦੋਂ ਨਿਹੰਗ ਖਾਨ ਦੇ ਘਰ ਪਠਾਨ ਦੇ ਘਰ ਛਾਪਾ ਮਾਰਿਆ, ਮਗਰ ਗੁਰੂ ਮਹਾਰਾਜ ਰਾਤ 12 ਵਜੇ ਨਿਕਲ ਚੁੱਕੇ ਸਨ। ਤੇ ਇਹਨੇ ਹਵੇਲੀ ਬਹੁਤ ਵੱਡੀ ਸੀ, ਸਾਰੇ ਛਾਪਾ ਮਾਰ ਕੇ ਇਹਨੇ ਤਫਤੀਸ਼ ਕੀਤੀ, ਕਿਸੇ ਕਮਰੇ ਵਿੱਚੋਂ ਵੀ ਗੁਰੂ ਮਹਾਰਾਜ ਜਾਂ ਉਹਨਾਂ ਦੇ ਸਿੰਘ ਨਾ ਮਿਲੇ। ਤੇ ਜਿਸ ਕਮਰੇ ਅੰਦਰ ਭਾਈ ਬਚਿੱਤਰ ਸਿੰਘ ਜੀ ਆਰਾਮ ਫਰਮਾ ਰਹੇ ਸਨ, ਨਾਲ ਉਹਦੀ ਧੀ ਸੀ ਜੋ ਉਸ ਵੇਲੇ ਇਮਾਨਦਾਰੀ ਕਰ ਰਹੀ ਸੀ, ਤੇ ਉਸ ਕਮਰੇ ਵੱਲ ਜਦੋਂ ਉਹਦੀ ਤਫਤੀਸ਼ ਕਰਨ ਵਾਸਤੇ ਆਉਂਦਿਆ ਤੇ ਇਹ ਨਿਹੰਗ ਖਾਨ ਕਹਿਣ ਲੱਗਾ, ਇਸ ਕਮਰੇ ਵਿੱਚ ਮੇਰੀ ਧੀ ਤੇ ਮੇਰਾ ਦਾਮਾਦ ਹੈ।
ਮੇਰੀ ਧੀ ਤੇ ਮੇਰਾ ਦਮਾਦ ਅੰਦਰੋਂ ਬੱਚੀ ਨੇ ਵੀ ਸੁਣ ਲਿਆ ਉੱਚੀ ਤੇਰੀ ਆਵਾਜ਼ ਦੀ ਅੱਬੂ ਜੀ ਕੋਈ ਜ਼ਰੂਰਤ ਹੋਵੇ ਤੇ ਦਰਵਾਜ਼ਾ ਖੋਲ ਤੇ ਇਸ ਫੌਜਦਾਰ ਨੇ ਆਖਰ ਨਹੀਂ ਮੈਨੂੰ ਤਸੱਲੀ ਏ ਦਰਵਾਜ਼ਾ ਖੋਲਣ ਦੀ ਲੋੜ ਨਹੀਂ ਵਾਪਸ ਚਲਾ ਗਿਆ ਬੇਨਤੀ ਕਰਾਂ ਕਿ ਇਹ ਜਿਹੜੀ ਬੱਚੀ ਸੀ ਨਾ ਇਸ ਬੱਚੀ ਦਾ ਬਸੀ ਪਠਾਣਾ ਦੇ ਨੌਜਵਾਨ ਦੇ ਨਾਲ ਇੱਕ ਨੌਜਵਾਨ ਦੇ ਨਾਲ ਨਾਤਾ ਹੋਇਆ ਸੀ ਨਿਕਾਹ ਵਾਸਤੇ ਜਦੋਂ ਨਿਕਾਹ ਦਾ ਸਮਾਂ ਆਇਆ ਤੇ ਨਿਹੰਖਾਂ ਤੇ ਸਾਰੇ ਪਰਿਵਾਰ ਵਾਲੇ ਇਸ ਬੱਚੀ ਨੂੰ ਨਿਕਾਹ ਵਾਸਤੇ ਆਖਦੇ ਨੇ ਕਹਿਣ ਲੱਗੇ ਬਾਪੂ ਮੈਂ ਮੰਨਿਆ ਕਿ ਤੂੰ ਇਸ ਨੌਜਵਾਨ ਦੇ ਨਾਲ ਮੇਰਾ ਨਾਤਾ ਕੀਤਾ ਸੀ ਪਰ ਜਿੱਦਣ ਭਾਈ ਬਚਿੱਤਰ ਸਿੰਘ ਆਇਆ ਸੀ ਜ਼ਖਮੀ ਹੋ ਕੇ ਨਾ ਉਦਣ ਤੂੰ ਆਖਿਆ ਸੀ ਅੰਦਰ ਮੇਰਾ ਧੀ ਤੇ ਮੇਰਾ ਦਮਾਦ ਨੇ ਆਖਿਆ ਬਚਿੱਤਰ ਸਿੰਘ ਜ਼ਖਮੀ ਹਾਲਤ ਅੰਦਰ ਜ਼ਖਮਾਂ ਦੀ ਤਾਪ ਨਾ ਸਹਿੰਦੀ ਅਕਾਲ ਚਲਾਣਾ ਕਰ ਗਿਆ ਪਰ ਮੈਂ ਆਪਣੇ ਆਪ ਨੂੰ ਉਸੇ ਦਿਨ ਤੋਂ ਬਚਿੱਤਰ ਸਿੰਘ ਦੇ ਸਮਰਪਿਤ ਕਰ ਦਿੱਤਾ ਇਸ ਲਈ ਮੈਂ ਉਸ ਨੂੰ ਛੱਡ ਕੇ ਕਿਸੇ ਹੋਰ ਦੀ ਨਹੀਂ ਬਣ ਸਕਦੀ ਬਾਪੂ ਮੈਨੂੰ ਨਾ ਕਹਿ ਕਿ ਮੈਂ ਇਹਦਾ ਨਿਕਾਹ ਕਰਾਂ ਮੈਂ ਵਿਧਵਾ ਬਣ ਕੇ ਗੁਜ਼ਾਰਾ ਕਰ ਲਾਂਗੀ ਮੈਂ ਨਿਕਾਹ ਨਹੀਂ ਕਰ ਸਕਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਉਸ ਬੱਚੀ ਮਮਤਾਜ ਨੇ ਖਿਆਲ ਕਰਿਆ ਕਿ ਇੱਥੋਂ ਅੱਗੇ ਇੱਕ ਬੜੀ ਪਿੰਡ ਉਸ ਬੜੀ ਪਿੰਡ ਦੇ ਅੰਦਰ ਟਿਕਾਣਾ ਕੀਤਾ ਸਾਰੀ ਉਮਰ ਭਾਈ ਬਚਿੱਤਰ ਸਿੰਘ ਦੀ ਵਿਧਵਾ ਬਣ ਕੇ ਗੁਜਰਾਨ ਕੀਤਾ ਵਿਆਹ ਨਹੀਂ ਕਰਾਇਆ ਤੇ ਸਾਰੇ ਉਹਨੂੰ ਮਮਤਾਜ ਮਾਈ ਕਹਿ ਕੇ ਸਤਿਕਾਰ ਦਿੰਦੇ ਰਹੇ ਮਮਤਾਜ ਮਾਈ ਕਹਿ ਕੇ ਸਤਿਕਾਰ ਦਿੰਦੇ ਨੇ ਖਿਆਲ ਕਰਿਆ ਜੀ ਦੂਜੇ ਪਾਸੇ ਆਪਾਂ ਆਈਏ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਲਕਪੁਰ ਦੇ ਰਗੜਾ ਨੂੰ ਆ ਸੰਸਾਰ ਦੇ ਵਿੱਚੋਂ ਸੰਸਾਰ ਤੋਂ ਕੂਚ ਕਰਾਉਂਦੇ ਅੱਗੇ ਜਦੋਂ ਤੁਰੇ ਤੇ ਰੋਪੜ ਜਾ ਕੇ ਰੋਪੜ ਤੋਂ ਅੱਗੇ ਚਮਕੌਰ ਸਾਹਿਬ ਦੇ ਬਾਹਰ ਵਾਰ ਬਾਗ ਦੇ ਵਿੱਚ ਟਿਕਾਣਾ ਕੀਤਾ 21 ਦਸੰਬਰ ਦੇ ਦਿਹਾੜੀ ਟਿਕਾਣਾ ਜਾ ਕੇ ਕੀਤਾ ਚਮਕੌਰ ਦੇ ਬਾਹਰ ਵਾਰ ਬਾਗ ਦੇ ਵਿੱਚ ਤੇ ਇੱਥੇ ਦਾ ਰਹਿਣ ਵਾਲਾ ਸੀ ਜ਼ਿਮੀਂਦਾਰ ਭਾਈ ਬੁੱਧੀ ਚੰਦ ਜੀ ਦੀ ਹਵੇਲੀ ਸੀ ਜਿਹਨੂੰ ਅਸੀਂ ਗੜੀ ਕਹਿੰਦੇ ਹਾਂ ਅੱਜ ਕੱਚੀ ਗੜੀ ਕਹਿ ਕੇ ਨਵਾਜਦੇ ਹਾਂ ਇਹ ਹਵੇਲੀ ਬੁੱਧੀ ਚੰਦ ਦੀ ਸੀ ਤੇ ਇਹ ਭੱਜਾ ਭੱਜਾ ਗੁਰੂ ਮਹਾਰਾਜ ਦੇ ਹਜ਼ੂਰ ਆਇਆ ਉੱਥੇ ਇਤਿਹਾਸਕਾਰਾਂ ਲਿਖਿਆ ਖਬਰ ਸੁਣੀ ਜ਼ਿਮੀਂਦਾਰ ਨੇ ਮੱਦ ਬਸੇ ਚਮਕੌਰ ਸੁਣ ਤੋਂ ਬਚਣ ਤਤਕਾਲ ਹੀ ਉਹ ਆਇਓ ਗੁਰਦੌਰ ਹਾਥ ਜੋਰ ਐਸੇ ਕਿਹੋ ਬੇਨਤੀ ਸੁਣੋ ਕਰਤਾਰ ਹਾਥ ਜੋਰ ਐਸੇ ਕਿਹੋ ਬੇਨਤੀ ਸੁਣੋ ਕਰਤਾਰ ਬਸੋ ਮੱਦ ਚਮਕੌਰ ਕੇ ਆਪਣੀ ਕਿਰਪਾ ਧਾਰ ਕੇ ਆ ਜਿਹੜਾ ਬਾਗ ਹੈ ਨਾ ਬਾਗ ਚ ਤੁਹਾਡਾ ਰਹਿਣਾ ਵਾਜਬ ਨਹੀਂ ਕਿਉਂਕਿ ਤੁਹਾਡੇ ਪਿੱਛੇ ਮੁਗਲ ਫੌਜਾਂ ਪਹਾੜੀ ਫੌਜਾਂ ਲੱਗੀਆਂ ਹੋਈਆਂ ਨੇ ਆਓ ਹਵੇਲੀ ਭਾਵੇਂ ਮੇਰੀ ਕੱਚੀ ਹੈ ਮਗਰ ਉਹ ਤੁਹਾਡੇ ਵਾਸਤੇ ਬੜਾ ਆਸਰਾ ਬਣੇਗੀ ਤੁਸੀਂ ਆਓ ਮੇਰੀ ਹਵੇਲੀ ਦੇ ਅੰਦਰ ਇਹ ਜਿਹੜੀ ਗੜੀ ਹੈ ਇਹਦੇ ਵਿੱਚ ਆਣ ਕੇ ਚਰਨ ਪਾ ਕੇ ਇੱਥੇ ਟਿਕਾਣਾ ਕਰੋ ਤੇ ਸਤਿਗੁਰੂ ਮਹਾਰਾਜ ਤਬੈ ਸੁਦਾਸ ਸਾਹਿਬ ਭਏ ਛਾੜ ਬਾਗ ਕੀ ਠੌਰ ਸਿੰਘ ਸਾਧ ਸਭ ਹੀ ਲੀਏ ਆਏ ਬਸੇ ਚਮਕੌਰ ਤੇ ਧੰਨ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਗੜੀ ਦੇ ਅੰਦਰ ਆਣ ਕੇ ਟਿਕਾਣਾ ਕੀਤਾ ਜਦੋਂ ਗੜੀ ਦੇ ਅੰਦਰ ਆਣ ਕੇ ਟਿਕਾਣਾ ਕੀਤਾ ਸ਼ਾਮ ਪੈ ਚੁੱਕੀ ਸੀ ਤੇ ਗੁਰੂ ਮਹਾਰਾਜ ਗੜੀ ਦੀਆਂ ਕੰਧਾਂ ਨੂੰ ਠਕੋਰ ਠਕੋਰ ਕੇ ਵੇਖਦੇ ਨੇ ਮਮਟੀਆਂ ਦੇ ਉੱਪਰ ਚੜ ਕੇ ਮਮਟੀਆਂ ਨੂੰ ਵੇਖਦੇ ਨੇ ਤੇ ਪੁੱਛਿਆ ਭਾਈ ਦਇਆ ਸਿੰਘ ਨੇ ਧਾਰ ਪਾਤਸ਼ਾਹ ਲੱਗਦਾ ਕੋਈ ਇਤਨਾ ਖਾਸਾ ਪਿਆਰ ਹੈ ਇਹਦੀਆਂ ਕੰਧਾਂ ਤੇ ਇਹਨਾਂ ਦੇ ਜਿਹੜੇ ਇਹ ਮਮਟੀਆਂ ਨੇ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਤੁਸੀਂ ਟਕੋਲ ਟਕੋਲ ਕੇ ਦੇਖ ਰਹੇ ਹੋ ਤੇ ਉੱਥੇ ਜੋਗੀ ਅੱਲਾ ਜਾਰ ਖਾਨ ਨੇ ਲਿਖਿਆ ਕਿ ਗੁਰੂ ਮਹਾਰਾਜ ਨੂੰ ਜੋ ਬਚਨੇ ਆਖੇ ਉਹ ਕੀ ਸਨ ਜਿਸ ਖਿੱਤੇ ਥੇ ਮੈਂ ਹਮ ਆਣਾ ਜੇ ਵਹੀ ਹੈ ਜਿਸ ਖਿੱਤੇ ਮੈਂ ਹਮ ਆਤੇ ਕਹਤੇ ਤੇ ਆਣਾ ਜੇ ਵਹੀ ਹੈ ਜਿਸ ਜਾਪੇ ਬੱਚੋਂ ਕੋ ਕਟਾਣਾ ਜੇ ਵਹੀ ਹੈ ਜਿਸ ਜਗ੍ਹਾ ਸੇ ਲੁੱਟ ਕੇ ਹੈ ਜਾਣਾ ਤੇ ਵਹੀ ਹੈ ਮੱਟੀ ਵੀ ਕਹਿ ਦਿੰਦੀ ਹੈ ਠਿਕਾਣਾ ਜੇ ਵਹੀ ਹੈ ਆਖਿਆ ਭਾਈ ਦਇਆ ਸਿੰਘਾ ਜਿੱਥੋਂ ਕੱਲ ਬੱਚਿਆਂ ਨੂੰ ਕਟਾ ਕੇ ਲੁੱਟ ਕੇ ਜਾਣਾ ਨਾ ਇਹ ਉਹ ਜਗ੍ਹਾ ਇਸ ਕਰਕੇ ਇਸ ਜਗ੍ਹਾ ਦੇ ਨਾਲ ਮੇਰਾ ਪਿਆਰ ਹੈ ਇਸ ਜਗ੍ਹਾ ਨੂੰ ਮੈਂ ਪਰਖਦਾ ਪਿਆ ਖਿਆਲ ਕਰਿਆ ਜੇ ਸੰਧਿਆ ਦਾ ਸਮਾਂ ਹੋਇਆ ਤੇ ਗੁਰੂ ਮਹਾਰਾਜ ਨੇ ਸਿੰਘਾਂ ਨੂੰ ਨਾਲ ਲੈ ਕੇ ਸੋਦਰ ਦੀ ਬਾਣੀ ਦੀ ਸਾਂਝ ਪੈਦਾ ਕੀਤੀ ਜਦੋਂ ਸੋਦਰ ਦੀ ਬਾਣੀ ਦੀ ਸਾਂਝ ਪੈਦਾ ਕੀਤੀ ਰੱਬ ਦੀ ਭਗਤੀ ਅੰਦਰ ਜੁੜੇ ਦੀਵਾਨ ਦੀ ਸਮਾਪਤੀ ਹੋਈ ਤੇ ਸਿੰਘਾਂ ਨੂੰ ਆਖਿਆ ਪੁੱਤਰੋ ਤੁਸੀਂ ਬੜੇ ਦਿਨਾਂ ਤੋਂ ਮੈਦਾਨੇ ਜੰਗ ਅੰਦਰ ਜੂਝਦੇ ਹੋਏ ਇੱਥੋਂ ਤੱਕ ਪਹੁੰਚੇ ਹੋ ਆ ਸਰਸਾ ਦੇ ਪਾਣੀ ਨੂੰ ਚੀਰ ਕੇ ਪਹੁੰਚੇ ਹੋ ਪਾਣੀ ਦੇ ਨਾਲ ਤੁਹਾਡੇ ਕੱਪੜੇ ਵੀ ਗਿੱਲੇ ਹੋ ਗਏ ਸਿੱਲੇ ਹੋ ਗਏ ਇਹਨਾਂ ਨੂੰ ਕਿਸੇ ਤਰ੍ਹਾਂ ਸੁਕਾਉਣ ਦਾ ਪ੍ਰਬੰਧ ਕਰੋ ਆਰਾਮ ਕਰੋ
ਤੇ ਗੁਰੂ ਮਹਾਰਾਜ ਹੁਕਮ ਅੰਦਰ ਸਾਰੇ ਸਿੰਘ ਆਰਾਮ ਵਾਸਤੇ ਬਣਾਏ ਦੇ ਨੇ, ਪਰ ਗੁਰੂ ਮਹਾਰਾਜ ਵਾਸਤੇ ਆਸਨ ਤਿਆਰ ਕੀਤਾ, ਹੋਰ ਕੁਝ ਬਹੁਤਾ ਨਹੀਂ ਸੀ। ਜਿਹੜੀਆਂ ਘੋੜਿਆਂ ਦੀਆਂ ਜੀਨਾਂ ਸਨ ਉਹਨਾਂ ਦੇ ਥੱਲੇ ਜੋ ਉਹ ਚਾਦਰਾਂ ਪਈਆਂ ਸਨ, ਉਹ ਚਾਦਰਾਂ ਲਿਆ ਕੇ ਗੁਰੂ ਮਹਾਰਾਜ ਵਾਸਤੇ ਆਸਣ ਸੋਹਣਾ ਤਿਆਰ ਕੀਤਾ ਤੇ ਉਸ ਸਿੰਘਾਸਣ ਦੇ ਉੱਪਰ ਗੁਰੂ ਮਹਾਰਾਜ ਨੂੰ ਵਿਸ਼ਰਾਮ ਕਰਨ ਵਾਸਤੇ ਆਖਿਆ। ਗੁਰੂ ਮਹਾਰਾਜ ਉਸ ਸਿੰਘਾਸਣ ਦੇ ਉੱਪਰ ਪਰਮਾਤਮਾ ਦੀ ਬੰਦਗੀ ਅੰਦਰ ਜੁੜੇ। ਜਦੋਂ ਸਾਰੇ ਸਿੰਘ ਆਰਾਮ ਕਰਨ ਵਾਸਤੇ ਆਪੋ ਆਪਣੀ ਜਗ੍ਹਾ ਵਿਸ਼ਰਾਮ ਵਿੱਚ ਗਏ ਤੇ ਉਸ ਵੇਲੇ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਗੜੀ ਦੇ ਦਰਵਾਜ਼ੇ ਤੇ ਪਹਿਰੇਦਾਰ ਬਣ ਕੇ ਖੜੇ ਸਨ। ਗੁਰੂ ਮਹਾਰਾਜ ਨੇ ਆਖਿਆ, ਪੁੱਤਰ ਮਦਨ ਸਿੰਘ, ਪੁੱਤਰ ਕਾਠਾ ਸਿੰਘ, ਤੁਸੀਂ ਅੱਜ ਆਰਾਮ ਕਰ ਲਓ, ਅੱਜ ਆਰਾਮ ਕਰ ਲਓ, ਬੜੇ ਦਿਨਾਂ ਦੇ ਤੁਸੀਂ ਧੱਕੇ ਟੁੱਟੇ ਹੋ, ਅੱਜ ਆਰਾਮ ਕਰੋ। ਕਹਿਣ ਲੱਗੇ, ਮਹਾਰਾਜ ਅਸੀਂ ਆਰਾਮ ਕਰਾਂਗੇ ਤੇ ਪਹਿਰਾ ਕੌਣ ਦੇਵੇਗਾ? ਆਖਿਆ, ਪੁੱਤਰੋ ਫਿਕਰ ਨਾ ਕਰੋ, ਅੱਜ ਮੈਂ ਤੁਹਾਡੀ ਜਗ੍ਹਾ ਪਹਿਰਾ ਦਿਆਂ। ਕਹਿਣ ਲੱਗੇ, ਦਾਦਾ ਜੀ ਇਹ ਕਿੱਦਾਂ ਹੋ ਸਕਦਾ ਹੈ ਕਿ ਅਸੀਂ ਆਰਾਮ ਕਰੀਏ ਤੇ ਤੁਸੀਂ ਸਾਡੇ ਮਾਲਕ, ਸਾਰੀ ਦੁਨੀਆ ਦੇ ਮਾਲਕ, ਤੇ ਤੁਸੀਂ ਪਹਿਰਾ ਦਿਓ? ਏਦਾਂ ਨਹੀਂ ਹੋ ਸਕਦਾ। ਕਹਿਣ ਲੱਗੇ, ਪੁੱਤਰੋ ਮੇਰਾ ਹੁਕਮ ਹੈ ਕਿ ਅੱਜ ਤੁਸੀਂ ਆਰਾਮ ਕਰੋ, ਅੱਜ ਮੈਂ ਆਪਣੇ ਸਿੱਖ ਪੁੱਤਰਾਂ ਦੀ ਸੇਵਾ ਕਰਨੀ ਚਾਹੁੰਦਾ, ਮੈਂ ਪਹਿਰਾ ਦਿਆਂਗਾ। ਗੁਰੂ ਮਹਾਰਾਜ ਦਾ ਹੁਕਮ ਪ੍ਰਵਾਨ ਕੀਤਾ, ਇਹਨਾਂ ਨੇ ਆਰਾਮ ਵਿੱਚ ਚਲੇ ਗਏ ਤੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਪੁੱਤਰਾਂ ਦੇ ਨਾਲ ਪਿਆਰ ਕਰਦੇ ਗੱਲ ਕਰਿਆ ਜੀ। ਆਪਣੇ ਪੁੱਤਰਾਂ ਨਾਲ ਵੱਧ ਕੇ ਪਿਆਰ ਕਰਦਾ, ਜਿੱਥੇ ਪੁੱਤਰ ਆਰਾਮ ਵਿੱਚ ਪਏ ਨੇ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਉੱਥੇ ਬਾਕੀ ਸਿੰਘ ਵੀ ਗੁਰੂ ਮਹਾਰਾਜ ਦੇ ਪੁੱਤਰ ਬਣ ਕੇ ਆਰਾਮ ਵਿੱਚ ਪਏ ਨੇ। ਦੇਖਿਆ ਕਿਸੇ ਦਾ ਆ ਜਿਹੜਾ ਦਸਤਾਰਾ ਸੀ ਢਿੱਲਾ ਹੋ ਗਿਆ ਤੇ ਗੁਰੂ ਮਹਾਰਾਜ ਨੇ ਆਪਣੇ ਪੱਟ ਤੇ ਉਹਦਾ ਸੀਸ ਰੱਖ ਕੇ ਉਹਦਾ ਦਸਤਾਰਾ ਕੱਸਿਆ। ਦੇਖਿਆ ਕਿਸੇ ਦੇ ਪੱਟਾਂ ਦੇ ਉੱਪਰ ਜ਼ਖਮ ਹੈ, ਉਹਦੇ ਜ਼ਖਮ ਦੇ ਉੱਪਰ ਹੱਥ ਮੇਰਿਆ ਸਹਿਲਾਇਆ। ਦੇਖਿਆ ਕਿ ਕੋਈ ਬਹੁਤ ਹੱਕ ਟੁੱਟ ਕੇ ਚੂਰ ਹੋ ਕੇ ਪਿਆ ਤੇ ਗੁਰੂ ਮਹਾਰਾਜ ਨੇ ਅੱਜ ਆਪਣੇ